ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਰ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕਉ ਤੋ ਠਾਕੁਰ ਊਚ ਪੰਗਵਾਨਾ ਜੇਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਹਿਆ ਪ੍ਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਪ੍ਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਗਰੀਬ ਨਵਾਜ ਕਿਰਪਾਲੂ ਦਿਆਲੂ ਚਵਰ ਸਤਰ ਤਖਤ ਦੇ ਮਾਲਕ 10 ਪਾਤਸ਼ਾਹਿਆਂ ਦੇ ਪ੍ਰਤੱਖ ਸਰੂਪ ਗੁਰਤਾ ਗਰਦੀ ਤੇ ਸੁਭਾਏਮਾਨ ਤਨ 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 ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾਤਾਰ ਮਾਲਕ ਦੀ ਪਾਵਨ ਗੋਦ ਅੰਦਰ ਗੁਰਦੁਆਰਾ ਖਾਲਸਾ ਦਿਵਾਨ ਸਾਹਿਬ ਵਿਖੇ ਤਨ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਆ ਰਹੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਦੇ ਆਂ ਹਫਤਾਵਰੀ ਵਿਸ਼ੇਸ਼ ਦੀਵਾਨਾ ਅੰਦਰ ਸਾਹਿਬਤੀ ਗੋਦ ਅੰਦਰ ਬੜੀ ਪਾਵਨਾ ਪ੍ਰੇਮ ਨਾਲ ਸਜ ਬੈਠੇ ਗੁਰੂ ਸਵਾਰੇ ਖਾਲਸਾ ਜੀ ਆਓ ਕੁਝ ਸਮਾਂ ਕਰਤੇ ਦੀ ਸਿਫਤ ਕਰਨ ਦਾ ਵਡਿਆਈ ਕਰਨ ਦਾ ਨਮਾਣਾ ਜਿਹਾ ਯਤਨ ਕਰੀਏ ਅਰਦਾਸ ਕਰੋ ਕਿ ਮਾਲਕ ਜੀ ਤਰਸ ਕਰਿਓ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਕਾਗਰਤਾ ਬਖਸ਼ੋ ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ ਉਜ ਕਹਿਣ ਦਾ ਸੁਣਨ ਦਾ ਬਲ ਬਖਸ਼ਿਸ਼ ਕਰੋ ਆਉ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਸਰੀਰ ਕਰਕੇ ਸੁਰਤ ਕਰਕੇ ਦ੍ਰਿਸ਼ਟ ਅਦ੍ਰਿਸ਼ਟ ਰੂਪ ਵਿੱਚ ਜਿਤਨੇ ਵੀ ਗੁਰੂ ਸਵਾਰੇ ਚੌਂਕੜੇ ਮਾਰਸਾ ਜਿ ਬੈਠੇ ਹੋ ਆਉ ਗੁਰ ਫਤਿਹ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਸਿਫਤ ਕਰਦੇ ਆਂ ਗੁਰੂ ਕੇ ਪਿਆਰਿਆਂ ਨੇ ਗੁਰੂ ਨਾਨਕ ਦੇਵ ਕਰਦੇ ਇਨਾਂ ਚੱਕਰਾਂ ਨੇ ਸਾਹਿਬ ਦੀ ਬਖਸ਼ਿਸ਼ ਦੇ ਸਦਕਾ ਗੁਰੂ ਆਸੀਸ ਦੇ ਸਦਕਾ ਕੀਰਤਨ ਰੂਪ ਦੇ ਅੰਦਰ ਸਾਰੇ ਹੀ ਗੁਰੂ ਪਿਆਰਿਆਂ ਨੇ ਸੰਗਤ ਦੀ ਸੇਵਾ ਵਿੱਚ ਹਾਜ਼ਰੀ ਲਵਾਈ ਹੈ ਸੁਸਤ ਕਾਰਜਯੋਗ ਭਾਈ ਪ੍ਰਦੀਪ ਸਿੰਘ ਜੀ ਜਿਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਕਰਦੇ ਆਂ ਰਾਮ ਕਲੀ ਕੀ ਵਾਰ ਅੰਦਰ ਬਾਈ ਸੱਤਾ ਤੇ ਬਾਈ ਬਲਵੰਡ ਸਾਹਿਬ ਜੀ ਦੀ ਜੋ ਪਾਵਨ ਬਾਾਰ ਜੋ ਪਾਵਨ ਬਾਣੀ ਹੈ ਉਹਦੇ ਵਿੱਚੋਂ ਜੋ ਅਖੀਰਲਾ ਇੱਕ ਪਾਵਨ ਸ਼ਬਦ ਜੋ ਸਾਨੂੰ ਸਰਵਣ ਕਰਵਾਇਆ ਕਿ ਧੰਨ ਧੰਨ RAMਦਾਸ ਗੁਰ ਜਿਨ ਸਿਰਿਆ ਤਿਨ ਐਸ ਵਾਰੇਆ ਸਾਹਿਬ ਗੁਰੂ RAMਦਾਸ ਮਹਾਰਾਜ ਦੇ ਜੀਵਨ ਤੇ ਜਦੋਂ ਜਾਤ ਮਾਰਨੀ ਹੋਵੇ ਤਿਸ ਸ਼ਬਦ ਤੋਂ ਜੇ ਮੈਂ ਪ੍ਰਕਰਨ ਦੇ ਲਹਿਜੇ ਦੇ ਨਾਲ ਗੱਲ ਕਰਾਂ ਤਾਂ ਬਾਈ ਸੱਤਾ ਤੇ ਬਲਵੰਡ ਸਾਹਿਬ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਬੜਾ ਨੇੜੇ ਹੋ ਕੇ ਤੱਕਿਆ ਤੇ ਕੇਵਲ ਸ਼ਬਦਾਂ ਦੇ ਵਿੱਚ ਹੀ ਵਿਖਿਆਨ ਨਹੀਂ ਕੀਤਾ ਇੰਜ ਕਹਿ ਲਓ ਵੀ ਕੇਵਲ ਆਪਣੀ ਵਿਦਵਤਾ ਨਾਲ ਹੀ ਵਿਖਿਆਨ ਨਹੀਂ ਕੀਤਾ ਜਾਂ ਕੇਵਲ ਸੰਗਤ ਨੂੰ ਆਪਣੇ ਵੱਲ ਪ੍ਰੇਰਿਤ ਕਰਨ ਲਈ ਖਿੱਚਣ ਲਈ ਹੀ ਬਿਆਨ ਨਹੀਂ ਕੀਤਾ ਉਹਨਾਂ ਦੇ ਅੰਦਰਲੇ ਭਾਵ ਉਹਨਾਂ ਦੇ ਅੰਦਰਲਾ ਪ੍ਰੇਮ ਜਿਹੜਾ ਸੀ ਇਹਨਾਂ ਪਾਵਨ ਸ਼ਬਦਾਂ ਦੇ ਵਿੱਚੋਂ ਉਮੜ ਕੇ ਬਾਹਰ ਆਉਂਦਾ ਹੈ ਕਿ ਤਨ ਤਨ ਰਾਮਦਾਸ ਗੁਰੂ ਅੱਗੇ ਸ਼ਬਦ ਉਹਨਾਂ ਵਰਤਿਆ ਜਿਨ ਸਿਰਿਆ ਤਿਨ ਸਵਾਰਿਆ ਥੋੜਾ ਜਿਹਾ ਇੱਥੇ ਇੱਕ ਗੱਲ ਸਮਝ ਨਹੀਂ ਪਵੇਗੀ ਕਿ ਸੰਸਾਰ ਦੇ ਲੋਕ ਜਦੋਂ ਆਪਾਂ ਕਿਸੇ ਨੂੰ ਸਿਰਜਦੇ ਆ ਬਣਾਉਂਦੇ ਹਾਂ ਕਿਸੇ ਚੀਜ਼ ਨੂੰ ਤੇ ਉਹਨੂੰ ਸਵਾਰਨ ਵਾਲਾ ਕੋਈ ਹੋਰ ਹੁੰਦਾ ਹੈ ਜਿਵੇਂ ਫਰਜ਼ ਕਰੋ ਇੱਕ ਇਮਾਰਤ ਬਣਦੀ ਹੈ ਉਸ ਇਮਾਰਤ ਨੂੰ ਬਣਾਉਣ ਵਾਲਾ ਹੋਰ ਹੈ ਤੇ ਬਾਅਦ ਵਿੱਚ ਉਹਦੇ ਤੇ ਮੀਨਾਕਾਰੀ ਕਰਨ ਵਾਲਾ ਉਹਦੇ ਤੇ ਰੰਗ ਕਰਨ ਵਾਲਾ ਉਹਨੂੰ ਸੁੰਦਰਤਾ ਦੇਣ ਵਾਲਾ ਚਿੱਤਰਕਾਰੀ ਕਰਨ ਵਾਲਾ ਕੋਈ ਹੋਰ ਹੋ ਸਕਦਾ ਹੈ ਇਸੇ ਤਰ੍ਹਾਂ ਸੰਸਾਰ ਤੇ ਬਹੁਤ ਚੀਜ਼ਾਂ ਨੇ ਜਿਨ੍ਹਾਂ ਨੂੰ ਬਣਾਉਣ ਵਾਲਾ ਕੋਈ ਹੋਰ ਤੇ ਸਜਣ ਵਾਲਾ ਸਵਾਰਨ ਵਾਲਾ ਕੋਈ ਹੋਰ ਹੈ ਅਸੀਂ ਮਨੁੱਖੀ ਜ਼ਿੰਦਗੀ ਦੇ ਵਿੱਚ ਵੀ ਜਦੋਂ ਦੇਖਦੇ ਆਂ ਤੇ ਕਈ ਵਾਰ ਐਸਾ ਹੁੰਦਾ ਹੈ ਕਿ ਜਨਮ ਦੇਣ ਵਾਲਾ ਮਾਪਿਓ ਹੋਰ ਹੈ ਤੇ ਪਰਵਰਿਸ਼ ਕਰਨ ਵਾਲਾ ਕੋਈ ਹੋਰ ਹੋ ਜਾਂਦਾ ਹੈ ਜਾਂ ਫਿਰ ਇੰਜ ਵੀ ਹੋ ਜਾਂਦਾ ਹੈ ਕਿ ਸੰਭਾਲਣ ਵਾਲਾ ਜ਼ਿੰਦਗੀ ਦੇ ਅੰਦਰ ਮਾਰਗਦਰਸ਼ਨ ਕਰਨ ਵਾਲਾ ਕੋਈ ਹੋਰ ਹੋ ਜਾਂਦਾ ਹੈ ਜਾਂ ਇੰਜ ਸਮਝ ਲਓ ਕਿ ਕਈ ਵਾਰ ਜ਼ਿੰਦਗੀ ਦੇ ਵਿੱਚ ਗੁਣ ਭਰਨ ਵਾਲਾ ਕੋਈ ਦੂਜਾ ਹੈ ਮਾਪਿਓ ਨੇ ਜਨਮ ਦਿੱਤਾ ਪਰ ਕਿਸੇ ਬੱਚੇ ਨੂੰ ਕਾਬਲੀਅਤ ਜਿਹੜੀ ਉਹਦੇ ਅਧਿਆਪਕ ਨੇ ਦਿੱਤੀ ਉਹਦੇ ਟੀਚਰ ਨੇ ਉਹਨੂੰ ਪੜਾਇਆ ਉਹਨੂੰ ਸੋਹਣਾ ਹੁਨਰ ਦਿੱਤਾ ਉਹ ਜਗਤ ਦੇ ਵਿੱਚ ਕੋਈ ਨਾਮ ਨੇ ਤੱਕ ਮੁਕਾਮ ਤੱਕ ਪਹੁੰਚ ਗਿਆ ਜੇ ਤੁਸੀਂ ਨੂੰ ਹੋਰ ਥੋੜਾ ਜਿਹਾ ਡੀਪਲੀ ਜਾ ਕੇ ਦੇਖਾਂਗੇ ਤਾਂਪ ਜੀ ਖੁਦ ਆਪਣੀ ਜ਼ਿਹਨ ਤੇ ਜਦੋਂ ਜੋਰ ਦਉਗੇ ਕਿ ਸੰਸਾਰ ਤੇ ਬਹੁਤ ਕੁਝ ਐਸਾ ਹੈ ਜਿਹਨੂੰ ਘੜਨ ਵਾਲਾ ਕੋਈ ਹੋਰ ਹੈ ਤਰਾਸ਼ਣ ਵਾਲਾ ਕੋਈ ਹੋਰ ਹੈ ਸਜਾਉਣ ਵਾਲਾ ਕੋਈ ਹੋਰ ਹੈ ਪਰ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਵਿੱਚ ਕੇਵਲ ਇਹ ਗੱਲ ਇਹ ਕਰਾਮਾਤ ਪਰਮੇਸ਼ਰ ਦੀ ਵਰਤੀ ਹੈ ਕਿ ਜਿਨ ਸਿਰਿਆ ਤਿਨ ਸਵਾਰੇਆ ਜਿਸ ਪਰਮੇਸ਼ਰ ਨੇ ਪੈਦਾ ਕੀਤਾ ਉਸ ਪਰਮੇਸ਼ਰ ਨੇ ਹੀ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਨੂੰ ਸਵਾਰੇਆ ਕੋਈ ਬਾਹਰੋਂ ਮਨੁੱਖ ਕਿਤੇ ਵੀ ਇਤਿਹਾਸ 'ਚ ਨਹੀਂ ਆਇਆ ਕਿ ਕੋਈ ਬਾਹਰੋਂ ਮਨੁੱਖ ਆਇਆ ਹੋਵੇ ਜਿਨੇ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਨੂੰ ਸਵਾਰੇਆ ਹੋਵੇ ਕੋਈ ਵਿਦਵਤਾ ਦਿੱਤੀ ਹੋਵੇ ਕੋਈ ਬਾਹਰमुखी ਗੁਣ ਦਿੱਤਾ ਹੋਵੇ ਕੋਈ ਬਾਹਰੀ ਵਿਦਵਤਾ ਦੇ ਕੇ ਜਾਂ ਕੋਈ ਬਾਹਰੀ ਹੁਨਰ ਦੇ ਕੇ ਜਾਂ ਬਾਹਰੀ ਤੌਰ ਤੇ ਕੋਈ ਮਦਦ ਕਰਕੇ ਗੁਰੂ ਰਾਮਦਾਸ ਮਹਾਰਾਜ ਨੂੰ ਉੱਚਾ ਲੈ ਕੇ ਗਿਆ ਹੋਵੇ ਇਸੇ ਲਈ ਤਾਂ ਭਾਈ ਸਤਾ ਸਾਹਿਬ ਤੇ ਬਲਵੰਡ ਸਾਹਿਬ ਨੇ ਇਹ ਗੱਲ ਕਹੀ ਕਿ ਸਿੱਖੀ ਅਤੈ ਸੰਗਤੀ ਪਾਰ ਬ੍ਰਹਮਕਾਰ ਨਮਸਕਾਰਿਆ ਕਿ ਸਿੱਖਾਂ ਨੇ ਤੇ ਸੰਗਤਾਂ ਨੇ ਕਿ ਉਹ ਕੀ ਦੇਖੋ ਸੰਗਤ ਦੇ ਵਿੱਚ ਬਹੁਤ ਤਰ੍ਹਾਂ ਦੇ ਸਰੀਰ ਹੁੰਦੇ ਨੇ ਸੰਗਤ ਵਿੱਚ ਉਹ ਵੀ ਹੁੰਦੇ ਨੇ ਜਿਹੜੇ ਸਿੱਖ ਨਹੀਂ ਹੁੰਦੇ ਸੰਗਤ ਚ ਉਹ ਵੀ ਹੁੰਦੇ ਨੇ ਜਿਹੜੇ ਸਿੱਖ ਧਰਮ ਦੇ ਵੀ ਨੇੜੇ ਨਹੀਂ ਹੁੰਦੇ ਉਹ ਦੂਜੇ ਧਰਮ ਦੇ ਵੀ ਹੋ ਸਕਦੇ ਨੇ ਦੂਜੀ ਸੰਪਰਦਾ ਵੀ ਹੋ ਸਕਦੇ ਦੂਜੇ ਦੇਸ਼ ਦੇ ਵੀ ਜੂਦੇ ਮਜ਼ਹਬ ਦੇ ਵੀ ਹੋ ਸਕਦੇ ਨੇ ਪਰ ਸਿੱਖਾਂ ਦੇ ਵਿੱਚ ਕੇਵਲ ਸਿੱਖ ਹੀ ਆਉਂਦੇ ਨੇ ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਸਿੱਖਾਂ ਅਤੇ ਸੰਗਤਾਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਪਾਰ ਬ੍ਰਹਮ ਜਾਣ ਕੇ ਨਮਸਕਾਰ ਕੀਤੀ ਹੈ ਜਦੋਂ ਤੁਸੀਂ ਥੋੜਾ ਜਿਹਾ ਇਤਿਹਾਸ ਦੇ ਪੱਖ ਨੂੰ ਦੇਖਾਂਗੇ ਨਾ ਇਸੇ ਸ਼ਬਦ ਦੇ ਉੱਤੇ ਕਿਉਂਕਿ ਇਸ ਸ਼ਬਦ ਦੇ ਅੰਦਰ ਨਾ ਗੁਰੂ ਰਾਮਦਾਸ ਮਹਾਰਾਜ ਦਾ ਸਾਰੇ ਦਾ ਸਾਰਾ ਜੀਵਨ ਹੀ ਜਿਹੜਾ ਉਹ ਲੁਕਿਆ ਪਿਆ ਹੈ ਮੈਂ ਥੋੜਾ ਜਿਹਾ ਇਸ ਗੱਲ ਤੇ ਆਪ ਜੀ ਦਾ ਧਿਆਨ ਦਿਵਾਵਾਂ ਜੇ ਤੁਸੀਂ ਲਾਹੌਰ ਦੀ ਚੂਨਾ ਮੰਡੀ ਵੱਲ ਆਪਣੀ ਸੁਰਤ ਲੈ ਕੇ ਜਾਵਾਂਗੇ ਤਾਂ ਉਸ ਲਾਹੌਰ ਦੀ ਚੂਨਾ ਮੰਡੀ ਉਹ ਪਾਵਨ ਧਰਤੀ ਜਿਸ ਧਰਤੀ ਦੇ ਉੱਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਕਦੇ ਚਰਨ ਪੈਂਦੇ ਨੇ ਜਿਸ ਧਰਤੀ ਦੇ ਉੱਤੇ ਰੱਬੀ ਕਰਾਮਾਤਾਂ ਵੀ ਵਰਤਦੀਆਂ ਨੇ ਜਿਸ ਧਰਤੀ ਦੇ ਉੱਤੇ ਇਲਾਹੀ ਬਾਤਾਂ ਵੀ ਚੱਲਦੀਆਂ ਨੇ ਪਰ ਹੈਰਾਨੀ ਦੀ ਗੱਲ ਉਸ ਧਰਤੀ ਨੂੰ ਦੇਖ ਕੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਨੂੰ ਇਹ ਵੀ ਕਹਿਣਾ ਪਿਆ ਸੀ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਉਸ ਲਾਹੌਰ ਦੀ ਧਰਤੀ ਤੇ ਕੱਲਾ ਧਰਮ ਨਹੀਂ ਸੀ ਉਸ ਲਾਹੌਰ ਦੀ ਧਰਤੀ ਤੇ ਅਧਰਮ ਵੀ ਬੜਾ ਚੱਲਦਾ ਸੀ ਉੱਥੇ ਪਾਪ ਵੀ ਬੜਾ ਚੱਲਦਾ ਸੀਗਾ ਪਰ ਖੈਰ ਉਸ ਪਾਵਨ ਧਰਤੀ ਦੇ ਉੱਤੇ ਪਿਤਾ ਹਰਿਦਾਸ ਮਾਤਾ ਦਇਆ ਕੌਰ ਦੀ ਕੁੱਖ ਤੋਂ 1534 35 ਵੱਖ-ਵੱਖ ਸਮਾ ਵਿਦਵਾਨਾਂ ਲਿਖਿਆ ਉਹਦੇ ਦਰਮਿਆਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਅਵਤਾਰ ਹੋਇਆ ਜਦੋਂ ਅਸੀਂ ਇਤਿਹਾਸ ਦੇ ਵਿੱਚ ਕਿਉਂਕਿ بڑے ਵਿਦਵਾਨਾਂ ਨੇ ਜਿਹੜਾ ਹੈ ਉਹ ਗੁਰੂ ਰਾਮਦਾਸ ਮਹਾਰਾਜ ਨੂੰ ਭਾਈ ਜੇਠਾ ਜੀ ਨਾਮ ਨਾਲ ਸੰਬੋਧਨ ਕੀਤਾ ਪਰ ਇਹਦੇ ਵਿੱਚ ਕੋਈ ਇੰਜ ਕਹਿ ਲੋ ਵੀ ਕੰਟਰੋਵਰਸੀ ਨਹੀਂ ਹੈ ਕਿਉਂਕਿ ਉਹ ਆਪਣੇ ਪੱਖ 'ਚ ਸਹੀ ਨੇ ਕਿ ਪਹਿਲਾ ਪੁੱਤਰ ਹੋਣ ਕਰਕੇ ਲੋਕ ਜੇਠਾ ਕਹਿੰਦੇ ਨੇ ਵੱਡਾ ਕਹਿੰਦੇ ਨੇ ਤੇ ਬਹੁਤ ਲੋਕ ਜਿਹੜੇ ਨੇ ਉਹ ਕੇਵਲ RAMDAS ਕਰਕੇ ਵੀ ਲਿਖਦੇ ਨੇ ਵੀ ਪਹਿਲਾ ਨਾਮ ਜਿਹੜਾ ਉਹ RAMDAS ਹੈ ਮੈਂ ਕੇਵਲ ਥੋੜਾ ਜਿਹਾ ਕਾਪਚੀਨਾ ਜ਼ਿਕਰ-ਏ-ਕਰਮ ਕਿ ਜਿਵੇਂ ਹੀ ਸੰਸਾਰ ਦਾ ਸਮਾ ਜਿਹੜਾ ਆਪਣੀ ਚਾਲੇ ਤੁਰਿਆ ਹੁਣ ਦੋ ਕੁ ਸਾਲ ਦਾ ਸਮਾਂ ਬਤੀਤ ਹੋਇਆ ਕੇਵਲ ਦੋ ਕੁ ਸਾਲ ਦੀ ਉਮਰ ਵਿਦਵਾਨਾਂ ਨੇ ਲਿਖੀ ਆ ਕਿ ਹੁਣ ਉਹ ਮਾਂ ਜਿਹੜੀ ਮਾਂ ਰੋਜ਼ ਪਿਆਰ ਕਰਦੀ ਐ ਰੋਜ਼ ਖਡਾਉਂਦੀ ਐ ਰੋਜ਼ ਆਪਣੇ ਹੱਥਾਂ ਦੇ ਨਾਲ ਮੂੰਹ ਵਿੱਚ ਬੁਰਕੀਆਂ ਪਾਉਂਦੀ ਐ ਅੱਜ 2 ਕੁ ਸਾਲ ਦਾ ਸਮਾਂ ਹਾਲੇ ਉਮਰ ਦਾ ਬਤੀਤ ਹੋਇਆ ਕਿ ਮਾਂ ਮੰਜੇ ਤੇ ਪਈ ਆ ਤੇ ਲੋਕ ਇਕੱਠੇ ਹੋ ਗਏ ਤੇ ਸਾਰੇ ਲੋਕ ਜਿਹੜੇ ਨੇ ਬਿਲਕੁਲ ਮਹਿਸੂਸਿਆ ਜਾਂ ਮੂੰਹ ਲੈ ਕੇ ਚੁੱਪ ਕਰਕੇ ਬੈਠੇ ਹੋਏ ਨੇ ਤੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਆਪਣੇ ਪਿਤਾ ਹਰਿਦਾਸ ਦੇ ਕੋਲ ਆ ਕੇ ਪੁੱਛਦਾ ਹੈ ਕਿ ਮਾਂ ਅੱਜ ਬੋਲਦੀ ਕਿਉਂ ਨਹੀਂ ਆ ਇਹ ਲੋਕ ਆਪਣੇ ਘਰ ਇਕੱਠੇ ਕਿਉਂ ਹੋਏ ਆ ਅੱਜ ਮਾਂ ਹੇ ਲਦੀ ਕਿਉਂ ਨਹੀਂ ਮੇਰੇ ਨਾਲ ਗੱਲਾਂ ਕਿਉਂ ਨਹੀਂ ਕਰਦੀ ਤੇ ਪਿਤਾ ਨੇ ਭਰੇ ਹੋਏ ਮਨ ਦੇ ਨਾਲ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਇੰਨੇ ਬੋਲਣਾ ਨਹੀਂ ਆ ਅੱਜ ਤੋਂ ਬਾਅਦ ਇੰਨੇ ਤੈਨੂੰ ਪਿਆਰ ਨਹੀਂ ਕਰਨਾ ਅੱਜ ਤੋਂ ਬਾਅਦ ਇੰਨੇ ਤੇਰੇ ਕੋਲ ਪਰਤ ਕੇ ਨਹੀਂ ਆਉਣਾ ਹਲੇ ਛੋਟੀ ਜੀ ਉਮਰ ਹੈ ਕੁਝ ਬਹੁਤਾ ਨਹੀਂ ਪਤਾ ਆਖਰ ਸੰਸਕਾਰ ਦੀ ਗੱਲ ਚੱਲੀ ਪਿਤਾ ਦੀ ਉਂਗਲ ਫੜੀ ਤੇ ਸ਼ਮਸ਼ਾਨ ਘਾਟ ਚਲੇ ਗਏ ਮਾਂ ਦਾ ਸੰਸਕਾਰ ਕੀਤਾ ਸਭ ਕੁਝ ਕਰਕੇ ਘਰ ਵਾਪਸ ਆਏ ਤੇ ਵਿਦਵਾਨ ਬੜੇ ਵਿਰਾਗ ਦੇ ਵਿੱਚ ਆ ਕੇ ਭਾਵਨਾ ਦੇ ਵਿੱਚ ਆ ਕੇ ਗੱਲ ਲਿਖਦੇ ਨੇ ਕਿ ਪਿਤਾ ਨੇ ਕਿਹਾ ਕਿ ਪੁੱਤ ਅੱਜ ਤੋਂ ਤੇਰੀ ਮਾਂ ਮੈਂ ਹੀ ਹਾਂ ਮੈਂ ਪਿਤਾ ਵਾਲਾ ਫਰਜ਼ ਵੀ ਅਦਾ ਕਰਾਂਗਾ ਮੈਂ ਮਾਂ ਵਾਲਾ ਫਰਜ਼ ਵੀ ਅਦਾ ਕਰਾਂਗਾ ਪਰ ਸਮਾਂ ਆਪਣੀ ਚਾਲੇ ਜਦੋਂ ਚੱਲਿਆ ਤੇ ਵਿਦਵਾਨ ਲਿਖਦੇ ਵੀ 7 ਤੇ 9 ਸਾਲ ਦੇ ਦਰਮਿਆਨ ਦਾ ਸਮਾਂ ਵੱਖ-ਵੱਖ ਆਪਣੀਆਂ ਤਰੀਕਾਂ ਨੇ ਅੱਜ ਕੀ ਹੋਇਆ ਕਿ ਸਵੇਰ ਜੀ ਦਾ ਸਮਾਂ ਹੈ ਭਾਈ ਜੇਠੇ ਨੇ ਜਾ ਕੇ ਪਿਤਾ ਨੂੰ ਆਵਾਜ਼ ਮਾਰੀ ਹੈ ਪਰ ਹੈਰਾਨੀ ਕਿ ਜਿਹੜਾ ਪਿਤਾ ਰੋਜ਼ ਮੈਨੂੰ ਉਠਾਉਂਦਾ ਸੀ ਅੱਜ ਉੱਠਿਆ ਨਹੀਂ ਚੱਲ ਬੈ ਉਠਾ ਦੇਣਾ ਪੈਰਾਂ ਵਾਲੇ ਪਾਸਿਓਂ ਆਵਾਜ਼ ਮਾਰੀ ਕੋਈ ਆਵਾਜ਼ ਦਾ ਜਵਾਬ ਨਹੀਂ ਨੇੜੇ ਹੋ ਕੇ ਆਵਾਜ਼ ਮਾਰੀ ਕੋਈ ਆਵਾਜ਼ ਦਾ ਜਵਾਬ ਨਹੀਂ ਜਦੋਂ ਅਗਾਹ ਹੋ ਕੇ ਚਿਹਰੇ ਦੇ ਉੱਤੋਂ ਕੱਪੜਾ ਲਾ ਕੇ ਵੇਖਿਆ ਤੇ ਮਨ ਪਰ ਆਇਆ ਵੀ ਇਹ ਤੇ ਉਹ ਖੇੜਾ ਹੈ ਮੇਰੀ ਮਾਂ ਵੀ ਕਦੀ ਇੰਜ ਪਈ ਸੀ ਤੇ ਉਹ ਬੋਲਦੀ ਨਹੀਂ ਸੀ ਮੇਰੀ ਮਾਂ ਵੀ ਕਦੀ ਇੰਜ ਮੈਂ ਹਿਲਾਉਂਦਾ ਸੀ ਤੇ ਹਿੱਲਦੀ ਨਹੀਂ ਸੀ ਲੱਗਦਾ ਉਹੀ ਘਟਨਾ ਵਾਪਰ ਗਈ ਰੋਣਾ ਸ਼ੁਰੂ ਕੀਤਾ ਆਟ ਗਵਾਂਡ ਦੇ ਲੋਕ ਜਿਹੜੇ ਸੀ ਬੱਚੇ ਦੀਆਂ ਆਵਾਜ਼ਾਂ ਸੁਣ ਕੇ ਇਕੱਠੇ ਹੋਏ ਰਿਸ਼ਤੇਦਾਰ ਇਕੱਠੇ ਹੋਏ ਅਖਰ ਮੁਕ ਦੀ ਗੱਲ ਕਿ ਪਿਤਾ ਦਾ ਸੰਸਕਾਰ ਵੀ ਜਿਹੜਾ ਸੀ ਜਿਵੇਂ ਮਾਂ ਦਾ ਕਰਕੇ ਆਏ ਸੀਗੇ ਓਵੇਂ ਪਿਤਾ ਦਾ ਸੰਸਕਾਰ ਕਰਕੇ ਘਰ ਵਾਪਸ ਆ ਗਏ ਕਿਉਂਕਿ ਥੋੜਾ ਜਿਹਾ ਇਤਿਹਾਸ ਦਾ ਪੱਖ ਛੇੜਨਾ ਪਵੇਗਾ ਫਿਰ ਨਾਨੀ ਜਿਹੜੀ ਹੈ ਬਾਸਰਕੇ ਤੋਂ ਗਈ ਆ ਤੇ ਨਾਨੀ ਨੇ ਸਾਰੇ ਆਸੇ-ਪਾਸੇ ਲੋਕਾਂ ਨੂੰ ਵੇਖਿਆ ਲੋਕਾਂ ਦਾ ਬੈਠਣਾ ਉੱਠਣਾ ਵੇਖਿਆ ਗੱਲਾਂ-ਬਾਤਾਂ ਤੋਂ ਅੰਦਾਜ਼ਾ ਲਾਇਆ ਤੇ ਵੇਖ ਲਿਆ ਵੀ ਇਹਨੂੰ ਹੁਣ ਇੱਥੇ ਰੱਖਣ ਵਾਲਾ ਕੋਈ ਨਹੀਂ ਹੈ ਤੇ ਇੱਕ ਸ਼ਬਦ ਦੁਨੀਆਵੀ ਤੌਰ ਤੇ ਵਰਤਣਾ ਪੈਂਦਾ ਹੈ ਵੈਸੇ ਤੇ ਗੁਰੂ ਵਾਸਤੇ ਉਹ ਸ਼ਬਦ ਵਰਤਣ ਵਾਸਤੇ ਜ਼ਬਾਨ ਹਿੰਮਤ ਨਹੀਂ ਕਰਦੀ ਪਰ ਦੁਨੀਆਵੀ ਤੌਰ ਤੇ ਕਹਿਣਾ ਪੈਂਦਾ ਕਿ ਨਾਨੀ ਨੇ ਮਹਿਸੂਸ ਕੀਤਾ ਅਜੇਠਾ ਜਿਹੜਾ ਅਨਾਥ ਹੋ ਗਿਆ ਇਹਨੂੰ ਇੱਥੇ ਸਾਂਭਣ ਵਾਲਾ ਕੋਈ ਨਹੀਂ ਹੈ ਇਹਨਾਂ ਸ਼ਬਦ ਕਿਹਾ ਕਿ ਪੁੱਤ ਚੱਲਦੇ ਆ ਮੈਂ ਤੈਨੂੰ ਬਾਸਰ ਕੇ ਲੈ ਚੱਲਦੀ ਆ ਜਦੋਂ ਤੁਰਨ ਲੱਗੇ ਤੇ ਮੈਂ ਕਈ ਵਾਰ ਇੱਕ ਗੱਲ ਸੋਚਦਾ ਹੁੰਨਾ ਕਿ ਦੇਖੋ ਕਿਸ ਤਰ੍ਹਾਂ ਦੇ ਪੱਥਰ ਦਿਲ ਇਨਸਾਨ ਹੋਣਗੇ ਜਿਹੜੇ ਸ਼ਰੀਕੇ ਦੇ ਲੋਕ ਹੋਣਗੇ ਆਂਢ ਗੁਆਂਢ ਚ ਹੋਣਗੇ ਲਾਹੌਰ ਦੇ ਲੋਕ ਹੋਣਗੇ ਕਿਸੇ ਨੇ ਐਨਾ ਨਹੀਂ ਕਿਹਾ ਹੋਣਾ ਕਿ हे ਬੀਬੀ हे ਮਾਤਾ ਸਾਡਾ ਐਡਾ ਵੱਡਾ ਸ਼ਹਿਰ ਹੈ ਐਡਾ ਵੱਡਾ ਨਗਰ ਹੈ ਕਿ ਸਾਡੇ ਐਨੇ ਬੱਚੇ ਵੀ ਤਾਂ ਇਸ ਨਗਰ ਵਿੱਚ ਪਲਦੇ ਹੀ ਨੇ ਤੂੰ ਇਹਨੂੰ ਇੱਥੇ ਛੱਡ ਜਾ ਕਿ ਇਹਦੇ ਵਾਸਤੇ ਦੋ ਰੋਟੀਆਂ ਨਹੀਂ ਸਾਡੇ ਪਿੰਡ ਚੋਂ ਆ ਜਾਣਗੀਆਂ ਸਾਡਾ ਸ਼ਹਿਰ ਐਨਾ ਹੀ ਗਿਆ ਗੁਰਕਿਆ ਕਿ ਅਸੀਂ ਇਹਨੂੰ ਦੋ ਰੋਟੀਆਂ ਨਹੀਂ ਦੇ ਸਕਾਂਗੇ ਪਰ ਨਹੀਂ ਕਿਸੇ ਨੇ ਇੰਨੀ ਗੱਲ ਕਹਿਣ ਦੀ ਹਿੰਮਤ ਹੀ ਨਹੀਂ ਕੀਤੀਗੀ ਤੇ ਜਦੋਂ ਨਾਨੀ ਤੁਰਨ ਲੱਗੀ ਨਾ ਘਰ ਨੂੰ ਦਰਵਾਜ਼ੇ ਨੂੰ ਤਾਲਾ ਲੱਗਾ ਤੇ ਆਪਣੀ ਏਕਾਦਤ ਹੁੰਦੀ ਹੈ ਜਦੋਂ ਆਪਾਂ ਨਾ ਕਿਤੇ ਗੱਡੀ ਨੂੰ ਵੀ ਲੋਕ ਕਰਦੇ ਆ ਤੇ ਆਪਾਂ ਉਹਨੂੰ ਖਿੱਚ ਕੇ ਵੇਣੇ ਆ ਹੈਂਡਲ ਨੂੰ ਜੇ ਆਪਾਂ ਬਾਈਕ ਲੋਕ ਕਰੀਏ ਪਾ ਉਹਦਾ ਵੀ ਹੈਂਡਲ ਖਿੱਚ ਕੇ ਵੇਣੇ ਤੇ ਪਹਿਲਾਂ ਜਦੋਂ ਤਾਲੇ ਲੱਗਦੇ ਹੁੰਦੇ ਸੀ ਤੇ ਆਪਾਂ ਤਾਲਾ ਵੀ ਖਿੱਚ ਖਿੱਚ ਕੇ ਵੇਂਦੇ ਹੁੰਦੇ ਸੀ ਵੀ ਲੱਗ ਗਿਆ ਪਰ ਇੰਨਾ ਪਤਾ ਹੁੰਦਾ ਸੀ ਕਿ ਜਿਹੜਾ ਤਾਲਾ ਮੈਂ ਹੁਣ ਲਾਇਆ ਇਨੂੰ ਮੈਂ ਸ਼ਾਮ ਨੂੰ ਖੋਲ ਲਵਾਂਗਾ ਮੈਂ ਹੁਣੇ ਗਿਆ ਵਾਂ ਮੈਂ ਘੰਟੇ ਤੱਕ ਵਾਪਿਸ ਕਰੇ ਆ ਜਾਣਾ ਤੇ ਆ ਕੇ ਤਾਲਾ ਖੋਲ ਦੇਣਾ ਪਰ ਅੱਜ ਉਸ ਬਾਲਕ ਨੇ ਭਾਈ ਜੇਠੇ ਨੇ ਪੁੱਛਿਆ ਕਿ ਨਾਨੀ ਇਹ ਦਰਵਾਜ਼ਾ ਤੇ ਅੱਗੇ ਵੀ ਬੰਦ ਹੁੰਦਾ ਸੀ ਪਰ ਅੱਜ ਵੀ ਬੰਦ ਹੋ ਰਿਹਾ ਹੈ ਅੱਗੇ ਤੇ ਤੇਰੇ ਕੋਲ ਕਦੀ ਜਾਈਦਾ ਸੀ ਜਾਂ ਮਾਂ ਦੇ ਨਾਲ ਪਿਤਾ ਦੇ ਨਾਲ ਇੱਧਰ ਉੱਧਰ ਜਾਈਦਾ ਸੀ ਵਾਪਿਸ ਆਜਾਈਦਾ ਸੀ ਨਾਨੀ ਇੱਕ ਗੱਲ ਦੱਸ ਵੀ ਹੋਣੇ ਦਰਵਾਜ਼ਾ ਕਦੋਂ ਖੁੱਲੇਗਾ ਪਰ ਲਾਹੌਰ ਕਦੋਂ ਵਾਪਿਸ ਆਵਾਂਗੇ ਦੋ ਤੇ ਵਿਦਵਾਨ ਭਰੇ ਮਾਨਾ ਲਿਖਦੇ ਨਾਨੀ ਦੇ ਨੇਤਰ ਛਲਕੇ ਤੇ ਕਹਿਣ ਲੱਗੀ ਇਹ ਤਾਂ ਉਹਨੂੰ ਗੁਰੂ ਜਾਣਦਾ ਹੈ ਇਹ ਤੇ ਪਰਮੇਸ਼ਰ ਜਾਣਦਾ ਜਿਨੇ ਤਾਲੇ ਲਵਾਏ ਨੇ ਉਹ ਕਦੋਂ ਖੁਲਾਏਗਾ ਮੈਨੂੰ ਨਹੀਂ ਲੱਗਦਾ ਆਪ ਪਰਤ ਕੇ ਇੱਥੇ ਵਾਪਸ ਆਵਾਂਗੇ ਮੈਂ ਗੱਲ ਤਾਂ ਥੋੜੀ ਜੀ ਆਪ ਨਾਲ ਕੀਤੀ ਕਿ ਜਿਨ ਸਿਰਿਆ ਤਿਨੈ ਸਵਾਰੇ ਆ ਜਿਸ ਨੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਨੂੰ ਇਸ ਧਰਤੀ ਸੰਸਾਰ ਤੇ ਭੇਜਿਆ ਹੈ ਜਨਮ ਦਿੱਤਾ ਹੈ ਉਸ ਪਰਮੇਸ਼ਰ ਨੂੰ ਹੀ ਸਾਰੀ ਫਿਕਰ ਬਣੀ ਉਹ ਕੈਸੀ ਵਿਧ ਬਣਾ ਰਿਹਾ ਹੈ ਕਿ ਜਦੋਂ ਨਾਨੀ ਬਾਸਰ ਕੇ ਲੈ ਕੇ ਚਲੀ ਗਈ ਨਾ ਕਿਉਂਕਿ ਦੇਖੋ ਮਹਾਰਾਜ ਦੇ ਜੀਵਨ ਵਿੱਚ ਵਿਰਾਗ ਵੀ ਬੜਾ ਹੈ ਤਿਆਗ ਵੀ ਬੜਾ ਹੈ ਮੈਂ ਕਿੰਨਾ ਵੀ ਦੁਨੀਆ ਦਾ ਕਿਹੜਾ ਐਸਾ ਦੁੱਖ ਹੈ ਦੁਨੀਆਵੀ ਤੌਰ ਤੇ ਜਿਹੜਾ ਗੁਰੂ ਰਾਮਦਾਸ ਨੇ ਆਪਣੇ ਪਿੰਡੇ ਤੇ ਨਹੀਂ ਹੰਡਾਇਆ ਤੇ ਜੇ ਸਮੁੱਚੇ ਜੀਵਨ ਨੂੰ ਤੁਸੀਂ ਇੱਕ ਪੁਆਇੰਟ ਤੇ ਲਿਆ ਕੇ ਖੜਾ ਕਰੋਗੇ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਸਾਰਾ ਜੀਵਨ ਸਾਨੂੰ ਸਿਖਾਏਗਾ ਕਿ ਤੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਕਿਤੇ ਵੀ ਡੋਲੇ ਨਹੀਂ ਠੀਕ ਹੈ ਇੱਕ ਬਚਪਨ ਹੈ ਉਸ ਬਚਪਨ ਦੇ ਵਿੱਚ ਵੀ ਇਹ ਨਹੀਂ ਕਿਹਾ ਕਿ ਨਹੀਂ ਹੁਣ ਮੇਰੀ ਮਾਂ ਵੀ ਚਲੀ ਗਈ ਮੇਰਾ ਪਿਤਾ ਵੀ ਚਲਾ ਗਿਆ ਮੇਰਾ ਤੇ ਕੋਈ ਵੀ ਨਹੀਂ ਮੈਂ ਤੇ ਹੁਣ ਬਿਲਕੁਲ ਹੀ ਢੇਰੀ ਢਾ ਦੇਣੀ ਐ ਮੈਂ ਤੇ ਮਾਂ ਨਹੀਂ ਮਾਰ ਦੇਣਾ ਹਾਂ ਸਮੇ ਨੇ ਬਹੁਤ ਹਲੂਨੇ ਦਿੱਤੇ ਮੈਂ ਇੱਕ ਦਿਨੇ ਘਟਨਾ ਪੜ ਰਿਆ ਸੀ ਵਿਦਵਾਨਾਂ ਨੇ ਬੜੀ ਸੋਹਣੀ ਲਿਖੀ ਕਿ ਜਦੋਂ ਬਾਸਰ ਕੇ ਆ ਗਏ ਨਾਮ ਤੇ ਬੈਠੇ ਹੋਏ ਤੇ ਨਾਨੀ ਇੱਕ ਦਿਨ ਕਹਿਣ ਲੱਗੀ ਕਿ ਇੰਜ ਕਰ ਤੇਰਾ ਮਨ ਨਹੀਂ ਲੱਗਦਾ ਤੇ ਤੂੰ ਬਾਹਰ ਖੇਡ ਆਇਆ ਕਰ ਕਹਿਣ ਲੱਗੇ ਠੀਕ ਐ ਨਾਨੀ ਮੈਂ ਇੰਜ ਕਰਦਾ ਬਾਹਰ ਬੱਚੇ ਖੇਡਦੇ ਪਏ ਨੇ ਮੈਂ ਉਹਨਾਂ ਬੱਚਿਆਂ ਦੇ ਨਾਲ ਜਾ ਕੇ ਖੇਡ ਆਉਣਾ ਨਾਨੀ ਦਰਵਾਜ਼ੇ ਤੱਕ ਥੋੜਾ ਜਿਹਾ ਬਾਹਰ ਛੱਡ ਕੇ ਘਰ ਵਾਪਸ ਆਈ ਆ ਕੇ ਆਪਣੇ ਕੰਮਾਂ ਵਿੱਚ ਪਰਚ ਗਈ ਤੇ ਉਹ ਘਟਨਾਕਾਰ ਨੇ ਬੜੀ ਸੋਹਣੀ ਗੱਲ ਲਿਖੀ ਕਹਿੰਦਾ ਵੀ ਥੋੜੀ ਦੇਰ ਬਾਦ ਨਾ ਚੌਂਕੇ 'ਚ ਉਹ ਕੰਮ ਕਰਦਿਆਂ ਕਰਦਿਆਂ ਨਾਨੀ ਦੀ ਨਿਗਾਹ ਵਿਹੜੇ ਵਿੱਚ ਪਈ ਤੇ ਵਿਹੜੇ 'ਚ ਡੱਠੀ ਹੋਈ ਮੰਜੀ ਦੇ ਉੱਤੇ ਪਈ ਜੇਠਾ ਛੋਟਾ ਜਿਹਾ ਸਰੀਰ ਤੇ ਥੱਲੇ ਨੂੰ ਮੂੰਹ ਕੀਤਾ ਤੇ ਮੰਜੀ ਉੱਤੇ ਬੈਠਾ ਨਾਨੀ ਇੱਕਦਮ ਪੁੱਛਦੀ ਪੁੱਤ ਤੂੰ ਖੇਡਣ ਗਿਆ ਸੀ ਵਾਪਸ ਆ ਗਿਆ ਐਡੀ ਛੇਤੀ ਵਾਪਸ ਆ ਗਿਆ ਫਿਰ ਆਪ ਹੀ ਜਵਾਬ ਦੇ ਕੇ ਕਹਿੰਦੀ ਆ ਕਿ ਹੋ ਸਕਦਾ ਤੇਰੇ ਹਲੇ ਮਿੱਤਰ ਨਹੀਂ ਬਣੇ ਹੋਣਗੇ ਤੇਰੇ ਦੋਸਤ ਨਹੀਂ ਬਣੇ ਹੋਣੇ ਤੂੰ ਤਾਂ ਵਾਪਿਸ ਆ ਗਿਆ ਤਾਂ ਤੂੰ ਖੇਡਿਆ ਨਹੀਂ ਹੋਣਾ ਤੇਰੀ ਦੋਸਤੀ ਨਹੀਂ ਹੋਈ ਹੋਣੀ ਇਹਨਾਂ ਨਾਲ ਤੇ ਕਹਿੰਦੇ ਵੀ ਭਾਈ ਜੇਠਾ ਕਹਿਣ ਲੱਗਾ ਨਹੀਂ ਨਾਨੀ ਮੇਰੇ ਦੋਸਤ ਤਾਂ ਬਣ ਗਏ ਸੀਗੇ ਮੈਂ ਖੇਡਣ ਵੀ ਲੱਗ ਪਿਆ ਸੀ ਉਹਨਾਂ ਦੇ ਨਾਲ ਪਰ ਜਦੋਂ ਮੈਂ ਖੇਡਣਾ ਸ਼ੁਰੂ ਕੀਤਾ ਇੰਨੀ ਦੇਰ ਨੂੰ ਉਹਨਾਂ ਦੀਆਂ ਮਾਵਾਂ ਆ ਗਈਆਂ ਤੇ ਉਹ ਆ ਕੇ ਉਹਨਾਂ ਨੂੰ ਡਾਂਟ ਕੇ ਉਹਨਾਂ ਨੂੰ ਛਿੜਕ ਕੇ ਉਹਨਾਂ ਨੂੰ ਥੋੜਾ ਗੁੱਸਾ ਕਰਕੇ ਕਹਿਣ ਲੱਗਿਆਂ ਕਿ ਇਹਦੇ ਨਾਲ ਨਾ ਖੇਡੋ ਇਹ ਤੇ ਇਸ ਤਰ੍ਹਾਂ ਦਾ ਹੈ ਇਹ ਤੇ ਆਪਣੇ ਮਾਪਿਓ ਖਾ ਗਿਆ ਵਾ ਤੇ ਜੇ ਇਹਦੇ ਨਾਲ ਖੇਡੋਗੇ ਹੋਵੇ ਨਾ ਕਿਤੇ ਤੁਹਾਡੇ ਵੀ ਮਾਪਿਓ ਖਾ ਜਾਵੇ ਇਹਦੇ ਨਾਲ ਨਾ ਖੇਡੋ ਇਹਦਾ ਮੂੰਹ ਨਾ ਵੇਖੋ ਇਹਦੇ ਮੱਥੇ ਨਾ ਲੱਗੋ ਕਿ ਨਾਨੀ ਮੈਂ ਇੰਨਾ ਹੀ ਮਾੜਾ ਵਾਂ ਕਿ ਲੋਕ ਮੇਰੇ ਮੱਥੇ ਵੀ ਨਹੀਂ ਲੱਗਣਾ ਚਾਹੁੰਦੇ ਮੇਰਾ ਮੂੰਹ ਵੀ ਨਹੀਂ ਵੇਖਣਾ ਚਾਹੁੰਦੇ ਮੇਰੇ ਨਾਲ ਖੇਡਣਾ ਵੀ ਨਹੀਂ ਚਾਹੁੰਦੇ ਤੇ ਨਾਨੀ ਦਾ ਮਨ ਭਰ ਆਇਆ ਅਰਦਾਸ ਕੀਤੀ ਕਿ हे ਪ੍ਰਮਾਤਮਾ ਇਹ ਕਿਸ ਤਰ੍ਹਾਂ ਦੀਆਂ ਕਸਵਟੀਆਂ ਨੇ ਖੈਰ ਜੇ ਤੋਂ ਥੋੜਾ ਥੋੜਾ ਹੋਰ ਅੱਗੇ ਦੇਖਦੇ ਆ ਨਾ ਕਿਉਂਕਿ ਮਹਾਰਾਜ ਦਾ ਜੀਵਨ ਮੈਂ ਟੂਕ ਮਾਤਰਾ ਆਪਣਾ ਥੋੜਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਵਾਂ ਦੇਖੋ ਐਸੀਆਂ ਐਸੀਆਂ ਕਟਨਾਵਾ ਜਦੋਂ ਅਸੀਂ ਦੇਖਦੇ ਮਹਾਰਾਜ ਘੁੰਗਣੀਆਂ ਵੇਚਦੇ ਨੇ ਦੇਖੋ ਇਹ ਸ਼ਬਦ ਕਹਿ ਦੇਣਾ ਬੜਾ ਸੌਖਾ ਜਿਹਾ ਹੈ ਮੈਂ ਇਹ ਮਹਿਸੂਸ ਕਰਦਾ ਮਹਾਰਾਜ ਦੇ ਜੀਵਨ ਚੋਂ ਵੀ ਹਰ ਵੇਲੇ ਹੀ ਚੜ੍ਹਦੀ ਕਲਾ ਹੁਣ ਇੱਕ ਛੋਟਾ ਜਿਹਾ ਬਾਲਕ ਘੁੰਗਣੀਆਂ ਵੇਚਣ ਵਾਸਤੇ ਤੁਰੇ ਤੇ ਮਾਫ ਕਰਿਓ ਸਾਡੀ ਤਰਾਸ ਦੀ ਕੀ ਹੈ ਕਿ ਸਾਡੀ ਕੌਮ ਦੇ ਵਿੱਚ ਅੱਜ ਕਿਰਤ ਨੂੰ ਬਿਲਕੁਲ ਹੀ ਇਨਕਾਰ ਦਿੱਤਾ ਗਿਆ ਕਿਰਤ ਕਰਨ ਲਈ ਅਸੀਂ ਬਿਲਕੁਲ ਹੀ ਤਿਆਰ ਨਹੀਂ ਤੇ ਘੁੰਗਣੀਆਂ ਤੇ ਕੋਈ ਬਿਜ਼ਨਸ ਸੀਗਾ ਪੁਰਾਣੇ ਸਮੇਂ ਦੇ ਅੰਦਰ ਜਿਹਦੇ ਤੇ ਖਰਚਾ ਵੀ ਕੋਈ ਬਹੁਤਾ ਨਹੀਂ ਕੋਈ ਅੱਡਾ ਬਣਾਉਣ ਦੀ ਲੋੜ ਨਹੀਂ ਕੋਈ ਹੱਟ ਪਾਉਣ ਦੀ ਲੋੜ ਨਹੀਂ ਤੇ ਅੱਜ ਭਾਈ ਜੇਠੇ ਨੇ ਸਿਰ ਦੇ ਉੱਤੇ ਛਾਪੜੀ ਚੁੱਕੀ ਹੈ ਘੁੰਗਣੀਆਂ ਲਈਆਂ ਨੇ ਨਾਨੀ ਨੇ ਉਬਾਲ ਦਿੱਤੀਆਂ ਨੇ ਤੇ ਵੇਚਣ ਦੇ ਵਾਸਤੇ ਤੁਰ ਪਏ ਨੇ ਹੁਣ ਰੋਜ਼ ਹੀ ਜਾਂਦੇ ਨੇ ਦੇਖੋ ਜਦੋਂ ਧਿਆਨ ਨਾਲ ਦੇਖੋਗੇ ਕਿ ਰੋਜ਼ ਹੀ ਜਾਣਾ ਰੋਜ਼ ਹੀ 4 ਪੈਸੇ ਲੈ ਕੇ ਘਰ ਆ ਜਾਣਾ ਪਰ ਅੱਜ ਕੀ ਹੋਇਆ ਗਏ ਬੜੀ ਛੇਤੀ ਵਾਪਿਸ ਆ ਗਏ ਤੇ ਨਾਨੀ ਪੁੱਛਦੀ ਹੈ ਕਿ ਪੁੱਤ ਕੀ ਹੋਇਆ ਤੇਰੀ ਛਾਬੜੀ ਵੀ ਖਾਲੀ ਆ ਇਸ ਨਗਰ ਦੇ ਵਿੱਚ ਐਸਾ ਕੌਣ ਮਿਲ ਗਿਆ ਜਿਹੜਾ ਸਾਰੀਆਂ ਹੀ ਘੁੰਗਣੀਆਂ ਤੇਰੇ ਤੋਂ ਖਰੀਦ ਲਈਆਂ ਇਹ ਤੇ ਗਰੀਬ ਲੋਕ ਖਾਂਦੇ ਨੇ ਅਮੀਰ ਬੰਦਾ ਤੇ ਕਦੀ ਘੁੰਗਣੀਆਂ ਉਬਲੇ ਚਨੇ ਖਾਂਦਾ ਹੀ ਨਹੀਂ ਉਹ ਤੇ ਵੱਡੀਆਂ-ਵੱਡੀਆਂ ਚੀਜ਼ਾਂ ਖਾਏਗਾ ਐਸਾ ਕਿਹੜਾ ਇੱਥੇ ਮਿਲ ਗਿਆ ਜਿਨਨੇ ਸਾਰਾ ਕੁਝ ਹੀ ਤੇਰਾ ਖਰੀਦ ਲਿਆ ਐਸਾ ਕੌਣ ਜਿਨਨੇ ਇੰਨਾ ਪੈਸਾ ਤੈਨੂੰ ਦੇ ਦਿੱਤਾ ਹੋਵੇਗਾ ਈਡੀ ਛੇਤੀ ਮੋੜਾਂ ਆ ਤੇ ਉੱਥੇ ਸ਼ਬਦ ਸੀ ਇਤਿਹਾਸਕਾਰ ਨੇ ਲਿਖੇ ਭਾਈ ਜੇਠਾ ਕਹਿਣ ਲੱਗਾ ਕਿ ਨਾਨੀ ਅਸਲ ਵਿੱਚ ਪਤਾ ਕੀ ਹੋਇਆ ਅੱਜ ਜਿਹੜਾ ਮਿਲਿਆ ਨਾ ਉਹਨੇ ਜੋ ਮੈਨੂੰ ਦਿੱਤਾ ਮੇਰੀ ਝੋਲੀ ਵਿੱਚ ਜੋ ਪਾਇਆ ਉਹ ਦੁਨੀਆ ਤੇ ਅੱਜ ਤੱਕ ਨਹੀਂ ਮੈਨੂੰ ਕਿਸੇ ਨੇ ਦਿੱਤਾ ਅੱਛਾ ਐਸਾ ਉਹਨੇ ਕੀ ਤੇ ਦਿੱਤਾ ਹੁਣ ਗੱਲ ਸੁਣਾਉਂਦੇ ਨੇ ਕਹਿੰਦੇ ਨਾਨੀ ਮੈਂ ਨਾ ਤੁਰਿਆ ਜਾ ਰਿਹਾ ਸੀਗਾ ਤੁਰੇ ਜਾਂਦੇ ਆ ਨਾ ਗਲੀ ਦੇ ਵਿੱਚੋਂ ਜਦੋਂ ਲੰਘਦਾ ਵਾਂ ਸਵੇਰੇ ਸਵੇਰੇ ਜਦੋਂ ਮੈਂ ਰੋਜ਼ ਤੁਰਦਾ ਵਾਂ ਨਾ ਤੇ ਮਾਵਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਕੋਈ ਤਿਆਰ ਕਰ ਰਹੀ ਹੁੰਦੀ ਕੋਈ ਉਠਾ ਰਹੀ ਹੁੰਦੀ ਆ ਤੇ ਘਰਾਂ ਚੋਂ ਆਵਾਜ਼ਾਂ ਆਉਂਦੀਆਂ ਨੇ ਜਦੋਂ ਆਪਾਂ ਗਲੀਆਂ ਚੋਂ ਸਵੇਰੇ ਸਵੇਰੇ ਪਿੰਡਾਂ ਚੋਂ ਨਿਕਲੀਏ ਨਾ ਤੇ ਆਮ ਹੀ ਰੌਲਾ ਜਾਂ ਪੈ ਰਿਹਾ ਹੁੰਦਾ ਕੋਈ ਆਪਣੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰ ਰਿਹਾ ਕੋਈ ਕਿਸੇ ਕੰਮ ਲਈ ਕੋਈ ਉਠਾ ਰਿਹਾ ਕਿੰਦਾ ਨਾਨੀ ਘਰਾਂ ਚੋਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਕੋਈ ਮਾਂ ਆਪਣੇ ਪੁੱਤ ਨੂੰ ਆਵਾਜ਼ ਮਾਰ ਰਹੀ ਹੁੰਦੀ ਤੇ ਮੈਂ ਵੇਣਾ ਦਰਵਾਜ਼ੇ ਖੁੱਲੇ ਹੁੰਦੇ ਕੋਈ ਮਾਂ ਆਪਣੇ ਪੁੱਤ ਦੇ ਧੀ ਦੇ ਮੂੰਹ ਚ ਬੁਰਕੀਆਂ ਪਾ ਰਹੀ ਹੁੰਦੀ ਕੋਈ ਉਹਨੂੰ ਗੋਦ ਚ ਲੈ ਕੇ ਬੈਠੀ ਹੁੰਦੀ ਕੋਈ ਉਹਨੂੰ ਪਿਆਰ ਨਾਲ ਉਠਾਉਂਦੀ ਹੁੰਦੀ ਤੇ ਮੈਂ ਅੱਗੇ ਲੰਘ ਜਾਣਾ ਹੁੰਨਾ ਕਿਉਂਕਿ ਮੈਨੂੰ ਪਤਾ ਹੁੰਦਾ ਮੈਨੂੰ ਕਿੰਨੇ ਪਿਆਰ ਕਰਦਾ ਮੇਰੇ ਮੂੰਹ ਚ ਕਿੰਨੇ ਬੁਰਕੀਆਂ ਪਾਉਣੀਆਂ ਨਾਨੀ ਅੱਜ ਮੈਂ ਤੁਰਿਆ ਜਾ ਰਿਹਾ ਸੀਗਾ ਤੇ ਮੈਨੂੰ ਪਿੱਛੋਂ ਆਵਾਜ਼ ਪਈ ਤੇ ਜਦੋਂ ਆਵਾਜ਼ ਪਈ ਆਵਾਜ਼ ਮਾਰਨ ਵਾਲੇ ਨੇ ਕਿਹਾ ਪੁੱਤ ਰੁਕ ਜਾ ਤੇ ਮੈਂ ਸੋਚਿਆ ਵੀ ਮੈਨੂੰ ਪੁੱਤ ਕਿੰਨੇ ਕਹਿਣਾ ਕਿਉਂਕਿ ਜਿਨ੍ਹਾਂ ਨੇ ਪੁੱਤ ਕਹਿਣਾ ਸੀਗਾ ਉਹ ਤੇ ਸੰਸਾਰ ਤੋਂ ਕਦੋਂ ਤੋਂ ਤੁਰ ਗਏ ਤੇ ਸਚਾਈ ਇਹ ਹੈ ਕਿ ਜਿਹੜਾ ਪੁੱਤ ਮਾਂ ਪਿਓ ਹੀ ਕਹਿ ਲੈਂਦਾ ਨਾ ਉਹ ਦੁਨੀਆ ਨਹੀਂ ਕਹਿੰਦੀ ਕਦੀ ਤੇ ਕਹਿੰਦਾ ਮੈਂ ਸੋਚਿਆ ਕਿ ਮੈਨੂੰ ਕਿੰਨੇ ਪੁੱਤ ਕਹਿਣਾ ਮੈਨੂੰ ਤੇ ਪੁੱਤ ਕਹਿਣ ਵਾਲਾ ਸੰਸਾਰ ਤੇ ਹੈ ਹੀ ਕੋਈ ਨਹੀਂ ਥੋੜੀ ਕੋ ਦੇਰ ਬਾਅਦ ਫਿਰ ਆਵਾਜ਼ ਪਈ ਘੁੰਗਣੀਆਂ ਵਾਲੇ ਪੁੱਤ ਠਹਿਰ ਜਾ ਮੈਂ ਸੋਚਿਆ ਮੇਰੇ ਹੀ ਸਿਰ ਦੇ ਉੱਤੇ ਘੁੰਗਣੀਆਂ ਨੇ ਹੋਰ ਤਾਂ ਇੱਥੇ ਕਿਸੇ ਦੇ ਕੋਲ ਵੀ ਨਹੀਂ ਮੈਂ ਰੁਕਿਆ ਮੈਂ ਪਿੱਛੇ ਪਰਤ ਕੇ ਵੇਖਿਆ ਇੱਕ ਬਿਲਕੁਲ ਬਜ਼ੁਰਗ ਖੜਾ ਹੈ ਬਿਲਕੁਲ ਫਕੀਰ ਉਹਦੀ ਹਾਲਤ ਤਨ ਦੇ ਉੱਤੇ ਪਾਟੇ ਵਸਤਰ ਉਹਨੇ ਸ਼ਬਦ ਕਿਹਾ ਪੁੱਤ ਮੈਨੂੰ ਭੁੱਖ ਲੱਗੀ ਆ ਪਰ ਮੈਨੂੰ ਪਤਾ ਹੈ ਕਿ ਤੂੰ ਇਸ ਉਮਰ 'ਚ ਘੁੰਗਣੀਆਂ ਵੇਚਣ ਤੁਰਿਆ ਤੇ ਤੂੰ ਵੀ ਬੜਾ ਗਰੀਬ ਹੋਏਂਗਾ ਪਰ ਮੈਂ ਤੈਨੂੰ ਪਹਿਲਾਂ ਦੱਸਦਾ ਮੇਰੇ ਕੋਲ ਪੈਸਾ ਕੋਈ ਨਹੀਂ ਹੋਏਗਾ ਤੇ ਫਿਰ ਮੈਂ ਜਿਹੜਾ ਸ਼ਬਦ ਕਿਹਾ ਦੱਸਦੇ ਨੇ ਕਹਿੰਦੇ ਨਾਨੀ ਜਦੋਂ ਨੇ ਇਹ ਕਿਹਾ ਨਾ ਮੇਰੇ ਕੋਲ ਪੈਸਾ ਨਹੀਂ ਤੇ ਅਸਲ ਵਿੱਚ ਕੀ ਸੀਗਾ ਜੋ ਉਹਨੇ ਮੈਨੂੰ ਦੇ ਦਿੱਤਾ ਮੈਨੂੰ ਪੁੱਤ ਕਹਿ ਦਿੱਤਾ ਇਸ ਤੋਂ ਵੱਧ ਕੇ ਮੈਨੂੰ ਕੀ ਚਾਹੀਦਾ ਸੀ ਮੈਂ ਸਾਰਾ ਕੁਝ ਹੀ ਜਿਹੜਾ ਉਹਦੀ ਝੋਲੀ ਵਿੱਚ ਪਾ ਦਿੱਤਾ ਉਹ ਖਾਈ ਗਿਆ ਮੈਂ ਖਵਾਈ ਗਿਆ ਉਹ ਰੱਜੀ ਗਿਆ ਤੇ ਮੈਂ ਤ੍ਰਿਪਤ ਹੋਈ ਗਿਆ ਨਾਨੀ ਜਿਹੜੀਆਂ ਅਸੀਸਾਂ ਉਹਨੇ ਮੈਨੂੰ ਦੇ ਦਿੱਤੀਆਂ ਉਹ ਦੁਨੀਆਂ ਤੇ ਅੱਜ ਤੱਕ ਨਾ ਦਿੱਤੀਆਂ ਜਦੋਂ ਇਹ ਗੱਲ ਸੁਣਾਈ ਨਾ ਤੇ ਕਹਿੰਦੇ ਨਾਨੀ ਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਕਿ ਇਹ ਪਰਮਾਤਮਾ ਜਿਸ ਬੱਚੇ ਨੂੰ ਦਿਲ ਐਡਾ ਵੱਡਾ ਦਿੱਤਾਈ ਉਹਨੂੰ ਬਰਕਤਾਂ ਵੀ ਤਾਂ ਇੰਨੀਆਂ ਵੱਡੀਆਂ ਦੇ ਨਾ ਉਹਨੂੰ ਖਜ਼ਾਨਾ ਵੀ ਤੇ ਇੰਨਾ ਵੱਡਾ ਦੇ ਨਾ ਐਨਾ ਵੱਡਾ ਦਿਲ ਦੇ ਦਿੱਤਾ ਜਿਹੜਾ ਕਿਸੇ ਦੀ ਭੁੱਖ ਨਹੀਂ ਵੇਖ ਸਕਦਾ ਕਿਸੇ ਦੀ ਗਰੀਬੀ ਨਹੀਂ ਵੇਖ ਸਕਦਾ ਜਿਹੜਾ ਕਿਸੇ ਦੇ ਪਿਆਰ ਵਿੱਚ ਇੰਨਾ ਵਹਿ ਸਕਦਾ ਉਹਦੇ ਘਰ ਦੇ ਵਿੱਚ ਵੀ ਤੇ ਕੋਈ ਬਰਕਤਾਂ ਪਾ ਨਾ ਤੇ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਜਿੰਨ ਸਿਰਿਆ ਤਿੰਨ ਸਵਾਰਿਆ ਦੇਖੋ ਸੰਸਾਰ ਦੇ ਕਿਸੇ ਵੀ ਬੰਦੇ ਨੇ ਭਾਈ ਜੇਠੇ ਨੂੰ ਪੈਸਾ ਨਹੀਂ ਦਿੱਤਾ ਵੀ ਤੂੰ ਕੰਮ ਸ਼ੁਰੂ ਕਰ ਲਾ ਤੂੰ ਬਿਜ਼ਨਸ ਸ਼ੁਰੂ ਕਰ ਲਾ ਪਰ ਅਕਾਲ ਪੁਰਖ ਪਰਮੇਸ਼ਰ ਵਿੱਦ ਪੜਾਦਰ ਪੜਾ ਚੱਲਦਾ ਹੈ ਤੇ ਜਿਸ ਦਿਨ ਨਾਨੀ ਵੀ ਸਰੀਰ ਛੱਡਣਾ ਕੁਝ ਸਮਾਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਗੋਇੰਦਵਾਲ ਸਾਹਿਬ ਜਾ ਕੇ ਬਾਹ ਪਕੜਾ ਕੇ ਨਾਨੀ ਆਈ ਤੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਮੇਰਾ ਵੀ ਸਰੀਰ ਜਿਹੜਾ ਬਜ਼ੁਰਗ ਹੋ ਗਿਆ ਮੈਨੂੰ ਵੀ ਪਤਾ ਆਖਰੀ ਨਦੀ ਨਾਵ ਸੰਯੋਗੀ ਮੇਲੇ ਨੇ ਇੱਕ ਦਿਨ ਸੰਸਾਰ ਤੋਂ ਮੈਂ ਵੀ ਤੁਰਨਾ ਹੈ ਪਰ ਮੈਨੂੰ ਪਤਾ ਹੈ ਧੰਗੁਰੂ ਅੰਗਦ ਦੇ ਮਹਾਰਾਜ ਨੇ ਤੁਹਾਨੂੰ ਅਸੀਸ ਬਖਸ਼ੀ ਵਰ ਦਿੱਤਾ ਹੈ ਤੁਹਾਡੀ ਡਿਊਟੀ ਲਈ ਕਿ ਤੁਮ ਹੋ ਨਿਮਾਨਨ ਮਾਨ ਤੁਮ ਹੋ ਨਿਤਾਨਨ ਤਾਨ ਤੁਸੀਂ ਨਿਤਾਨਿਆਂ ਦੇ ਤਾਨ ਹੋ ਨਿਮਾਨਿਆਂ ਦੇ ਮਾਨ ਹੋ ਨੇ ਆਸਰਿਆਂ ਦੇ ਆਸਰਿਓ ਗੁਰੂ ਅਮਰਦਾਸ ਮਹਾਰਾਜ ਇਹਦਾ ਕੋਈ ਨਹੀਂ ਇਹਦੀ ਮਾਂ ਵੀ ਨਹੀਂ ਇਹਦਾ ਪਿਓ ਵੀ ਨਹੀਂ ਸੰਸਾਰ ਤੇ ਇਹਦਾ ਕੋਈ ਵੀ ਆਸਰਾ ਨਹੀਂ ਆ ਤੇ ਉੱਥੇ ਵਿਦਵਾਨ ਲਿਖਦੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਵਚਨ ਕਿਹਾ ਮਹਾਰਾਜ ਕਹਿੰਦੇ ਇਹਦੀ ਮਾਂ ਨਾ ਗੁਰੂ ਨਾਨਕ ਨੇ ਫੜ ਲਈ ਆ ਗੁਰੂ ਨਾਨਕ ਨੇ ਭਾਵ ਗੁਰੂ ਨਾਨਕ ਦੇ ਘਰ ਆ ਗਿਆ ਸਾਡੇ ਕੋਲ ਆ ਗਿਆ ਹੁਣ ਇਹਨੂੰ ਸੰਸਾਰ ਦੇ ਕਿਸੇ ਆਸਰੇ ਦੀ ਲੋੜ ਵੀ ਨਹੀਂ ਆ ਕਿਉਂਕਿ ਜਿਹਦੀ ਬਾ ਗੁਰੂ ਨਾਨਕ ਫੜ ਲੈਂਦਾ ਉਹਨੂੰ ਸੰਸਾਰ ਅੱਗੇ ਬਾਹਾਂ ਫੜਾਉਣ ਦੀ ਲੋੜ ਨਹੀਂ ਪੈਂਦੀ ਕੀ ਤੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਦੇ ਰੂਪ ਵਿੱਚ ਗੋਇੰਦਵਾਲ ਸਾਹਿਬ ਟਿਕ ਗਏ ਹੁਣ ਨਾਨੀ ਨੇ ਸਰੀਰ ਛੱਡ ਦਿੱਤਾ ਗੋਇੰਦਵਾਲ ਸਾਹਿਬ ਸੇਵਾ ਸ਼ੁਰੂ ਹੋ ਗਈ ਸੇਜੇ ਸੇਜੇ ਚੱਲਦੇ ਆਂ ਕਈ ਕਿਸਵਟੀਆਂ ਵਿੱਚੋਂ ਗੁਰੂ ਰਾਮਦਾਸ ਮਹਾਰਾਜ ਗੁਜਰਦੇ ਨੇ ਕਿਤੇ ਥੜੇ ਬਣਾਉਣ ਦੀ ਗੱਲ ਆ ਜਾਂਦੀ ਕਿਤੇ ਬੌਲੀ ਸਾਹਿਬ ਦੀ ਸੇਵਾ ਦੀ ਗੱਲ ਆ ਜਾਂਦੀ ਕਿਉਂਕਿ ਬੜਾ ਲੰਮਾ ਜੀਵਨ ਐ ਮਹਾਰਾਜੀ ਦਾ ਮੈਂ ਸਿਰਫ ਇਹਨਾ ਜ਼ਿਕਰ ਕਰ ਰਿਹਾ ਕਿ ਜਿਵੇਂ ਸੱਤਾ ਤੇ ਬਲਵੰਡ ਜੀ ਕਹਿ ਰਹੇ ਨੇ ਕਿ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਕਿ ਤੂੰ ਹੀ ਨਾਨਕ ਹੈ ਅਖੀਰ ਦੀਆਂ ਪੰਕਤੀਆਂ 'ਚ ਜਦੋਂ ਕਹਿੰਦੇ ਨੇ ਕਿ ਲਹਿਣਾ ਤੂੰ ਹੈ ਤੂੰ ਹੀ ਗੁਰੂ ਅੰਗਦ ਦੇ ਮਹਾਰਾਜ ਦਾ ਰੂਪ ਹੈ ਤੇ ਤੂੰ ਹੀ ਗੁਰੂ ਅਮਰਦਾਸ ਮਹਾਰਾਜ ਦਾ ਰੂਪ ਹੈ ਤੇ ਤੂੰ ਹੀ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਬਣ ਕੇ ਆ ਗਿਆ ਹੈ ਜਦੋਂ ਅਸੀਂ ਦੇਖਦੇ ਆ ਨਾ ਸੇਵਾ ਭਾਵ ਮਹਾਰਾਜ ਦੀ ਸੇਵਾ ਇੱਕ ਨਾ ਛੋਟੀ ਜਿਹੀ ਇਤਿਹਾਸ ਦੀ ਸਾਖੀ ਮੈਂ ਆਪਣਾ ਸਾਂਝੀ ਕਰਾਂ ਐਨਾ ਕੋ ਪ੍ਰੇਮ ਹੈ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਕਿ ਜਦੋਂ ਇੱਕ ਦਿਨ ਲਾਹੌਰ ਦੇ ਵਿੱਚੋਂ ਕੋਈ ਸਿਨਹਾਂ ਆਇਆ ਵੀ ਤੁਸੀਂ ਇੱਥੇ ਆਓ ਗੁਰੂ ਅਮਰਦਾਸ ਮਹਾਰਾਜ ਤੇ ਇੱਥੇ ਆ ਕੇ ਸਾਡੇ ਨਾਲ ਕੁਝ ਸਵਾਲ ਜਵਾਬ ਜਿਹੜੇ ਨੇ ਉਹ ਕਰਨੇ ਕਰੋ ਗੁਰੂ ਰਾਮਦਾਸ ਮਹਾਰਾਜ ਨੂੰ ਭੇਜਿਆ ਗੁਰੂ ਅਮਰਦਾਸ ਨੇ ਕਿ ਭਾਈ ਜੇਠਿਆ ਤੂੰ ਲਾਹੌਰ ਜਾ ਤੇ ਜਾ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਆ ਲਾਹੌਰ ਗਏ ਸਾਰੀ ਗੱਲਬਾਤ ਹੋਈ ਕਾਜ਼ੀਆਂ ਮੁੱਲਿਆਂ ਦੇ ਸਵਾਲ ਸੀਗੇ ਸਾਰੇ ਜਵਾਬ ਦਿੱਤੇ ਜਦੋਂ ਵਾਪਸ ਆਉਣ ਲੱਗੇ ਨਾ ਤੇ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਘਟਨਾ ਲਿਖੀ ਕਹਿੰਦੇ ਜਦੋਂ ਬਾਜ਼ਾਰ ਵਿੱਚ ਦੀ ਗੁਜ਼ਰਨ ਲੱਗੇ ਤੇ ਵੇਖਿਆ ਵੀ ਬਾਜ਼ਾਰ ਦੇ ਵਿੱਚ ਇੱਕ ਬਹੁਤ ਮਹਿੰਗੇ ਮੁੱਲ ਦਾ ਕੱਪੜਾ ਵਿਆਹ ਹੈ ਬੜਾ ਸੋਹਣਾ ਕੱਪੜਾ ਹੈ ਤੇ ਕਿਉਂ ਨਾ ਮੈਂ ਕੱਪੜਾ ਗੁਰੂ ਅਮਰਦਾਸ ਮਹਾਰਾਜ ਦੇ ਵਾਸਤੇ ਲੈ ਕੇ ਜਾਵਾਂ ਪ੍ਰੇਮ ਹੈ ਪਿਆਰ ਹੈ ਜਦੋਂ ਕੱਪੜੇ ਦਾ ਮੁੱਲ ਪੁੱਛਿਆ ਆਪਣੀ ਜੇਬ ਵਿੱਚ ਹੱਥ ਮਾਰਿਆ ਜੇਬ 'ਚ ਜਿੰਨੇ ਪੈਸੇ ਨੇ ਕੱਪੜਾ ਉਸ ਤੋਂ ਵੀ ਕਈ ਗੁਣਾ ਮਹਿੰਗਾ ਹੁਣ ਮਨ ਕਰਦਾ ਵੀ ਲੈ ਕੇ ਵੀ ਜ਼ਰੂਰ ਜਾਣਾ ਹੈ ਪਰ ਪੈਸਾ ਵੀ ਕੋਲ ਨਹੀਂ ਕਰਾਂ ਤੇ ਕੀ ਕਰਾਂ ਉਸ ਦੁਕਾਨ ਤੋਂ ਕੱਪੜਾ ਫੜਿਆ ਤੇ ਕਪੜਾ ਫੜ ਕੇ ਭਾਈ ਸਾਹਿਬ ਲਿਖਦੇ ਨੇ ਵੀ ਗੁਰੂ ਅਮਰ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਕੀਤਾ ਭਾਈ ਜੇਠੇ ਨੇ ਤੇ ਮਨ ਦੇ ਵਿੱਚ ਇੱਕ ਕਲਪਨਾ ਇੱਕ ਭਾਵਨਾ ਇੱਕ ਦ੍ਰਿਸ਼ ਇਸ ਤਰ੍ਹਾਂ ਦਾ ਬਣਾਇਆ ਕਿ ਇਸ ਕਪੜੇ ਦਾ ਚੋਲਾ ਬਣ ਗਿਆ ਤੇ ਗੁਰੂ ਅਮਰਦਾਸ ਮਹਾਰਾਜ ਨੂੰ ਮੈਂ ਭੇਟ ਕਰ ਦਿੱਤਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਹੁਣ ਪਹਿਲਾਂ ਸੱਜੀ ਬਾਹ ਉਤਾ ਚੁੱਕੀ ਹੈ ਇੱਕ ਪਾਸਿਓਂ ਪਾ ਲਿਆ ਫਿਰ ਮਹਾਰਾਜ ਨੇ ਖੱਬੀ ਬਾਹ ਉਤਾ ਚੁੱਕੀ ਪਾ ਲਿਆ ਫਿਰ ਇਹਨੂੰ ਗਲੇ ਦੇ ਵਿੱਚ ਪਾ ਲਿਆ ਤੇ ਇਸ ਚੋਲੇ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਧਾਰਨ ਕਰ ਲਿਆ ਤੇ ਗੁਰੂ ਅਮਰਦਾਸ ਮਹਾਰਾਜ ਦੇ ਬੜਾ ਹੀ ਫੱਬਦਾ ਪਿਆ ਹੈ ਇਧਰ ਗੁਇੰਦਵਾਲ ਸਾਹਿਬ ਬੈਠੇ ਗੁਰੂ ਅਮਰਦਾਸ ਮਹਾਰਾਜ ਕਵੀ ਸਾਹਿਬ ਲਿਖਦੇ ਨੇ ਸੰਗਤ ਵਿੱਚ ਬੈਠੇ ਮਹਾਰਾਜ ਪਹਿਲਾਂ ਸੱਜੀ ਬਾਹ ਚੁੱਕਦੇ ਨੇ ਫਿਰ ਖੱਬੀ ਚੁੱਕਦੇ ਨੇ ਫਿਰ ਜਿਵੇਂ ਆਪਾਂ ਕੱਪੜੇ ਪਾਉਂਦੇ ਆਂ ਇੰਜ ਹੀ ਹੂ ਬਹੂ ਮਹਾਰਾਜ ਕਰ ਰਹੇ ਨੇ ਸੰਗਤ ਬੈਠੀ ਹੈਰਾਨ ਹੈ ਅਖਰ ਉਧਰ ਭਾਈ ਜੇਠਾ ਜੀ ਲਾਹੌਰ ਤੋਂ ਕਪੜਾ ਤੇ ਹੁਣ ਨਹੀਂ ਮਿਲਿਆ ਥੋੜਾ ਜਿਹਾ ਹੋਰ ਜਦੋਂ ਆ ਗਾਂ ਨਿਕਲੇ ਤੇ ਬਾਜ਼ਾਰ ਦੇ ਵਿੱਚ ਫਲ ਦੇਖੇ ਇੱਕ ਅੰਬ ਵੇਖਿਆ ਸੋਚਿਆ ਵੀ ਇਹ ਅੰਬਾਂ ਦਾ ਤਾਂ ਮੌਸਮ ਹੀ ਹੋਣੀਗਾ ਲੱਗਦਾ ਹੈ ਕਿਸੇ ਖਾਸ ਦੇਸ਼ ਤੋਂ ਆਏ ਹੋਏ ਅੰਬ ਨੇ ਬੜਾ ਸੋਹਣਾ ਅੰਬ ਜਾਪਦਾ ਹੈ ਕਿਉਂ ਨਾ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਵਾਸਤੇ ਲੈ ਕੇ ਜਾਇਆ ਜਾਵੇ ਰੇਟ ਪੁੱਛਿਆ ਮੁੱਲ ਹੋ ਗਿਆ ਉਹ ਅੰਬ ਲਿਆ ਕਹਿੰਦੇ ਵੀ ਉਹਨੂੰ ਕੱਪੜੇ 'ਚ ਬੰਨ ਕੇ ਨਾ ਪਿੱਛੇ ਆਪਣੇ ਮੋਢੇ ਦੇ ਉੱਤੇ ਜਿਵੇਂ ਆਪਾਂ ਪੋਟਲੀ ਜੀ ਲਟਕਾਉਂਦੇ ਸੀ ਇੰਜ ਲਟਕਾ ਲਿਆ ਕਿ ਚਲੋ ਇੰਨੇ ਕੋ ਪੈਸੇ ਹੈਗੇ ਆ ਵੀ ਮੈਂ ਆਮਬ ਖਰੀਦ ਕੇ ਲੈ ਜਾਵਾਂ ਗੁਰੂ ਵਾਸਤੇ ਜਦੋਂ ਲਾਹੌਰੋਂ ਚੱਲੇ ਚੱਲਦਿਆਂ ਚੱਲਦਿਆਂ ਹੁਣ ਸਫ਼ਰ ਬੜਾ ਲੰਬਾ ਸੀਗਾ ਗੋਇੰਦਵਾਲ ਸਾਹਿਬ ਦੇ ਜਦੋਂ ਨੇੜੇ ਆਏ ਤੇ ਇੱਕ ਰੁੱਖ ਦੀ ਛਾਂ ਹੇਠਾਂ ਬਹਿ ਗਏ ਵੀ ਚਲੋ ਹੁਣ ਧੁੱਪ ਬਹੁਤ ਐ ਵੇਖਿਆ ਵੀ ਜਿਹੜਾ ਆਮਬ ਐ ਨਾ ਉਹਦਾ ਰਸ ਜਿਹੜਾ ਉਹ ਟਪਕਦਾ ਪਿਆ ਕਿਉਂਕਿ ਪਿੱਠ ਤੇ ਲਟਕਿਆ ਹੋਇਆ ਸੀਗਾ ਵਾਰ-ਵਾਰ ਨਾਲ ਵਜਨ ਕਰਕੇ ਤੁਰਦਿਆਂ ਉਹਦਾ ਫਿਸ ਗਿਆ ਥੋੜਾ ਰਸ ਟਪਕਣ ਲੱਗਾ ਸੋਚਿਆ ਵੀ ਜਿਹੜੀ ਇਹਦੀ ਹਾਲਤ ਐ ਇੰਨੇ ਤੇ ਗੋਇੰਦਵਾਲ ਸਾਹਿਬ ਪਹੁੰਚਣਾ ਹੀ ਨਹੀਂ ਆ ਇਹਨੇ ਤੇ ਰਾਚ ਹੀ ਸਾਰੇ ਖਤਮ ਹੋ ਜਾਣਾ ਤੇ ਮਹਾਰਾਜ ਦੀ ਬਾਣੀ ਕਹਿੰਦੀ ਵੀ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਗੁਰੂ ਸਿੱਖ ਦੇ ਅੰਦਰ ਹੀ ਵਰਤਦਾ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਕੀਤਾ ਤੇ ਕਵੀ ਸਾਹਿਬ ਲਿਖਦੇ ਨੇ ਭਾਈ ਜੇਠੇ ਨੇ ਅੰਬ ਆਪ ਖਾ ਲਿਆ ਵੀ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਚਰਨਾਂ ਦਾ ਧਿਆਨ ਮੈਂ ਨਹੀਂ ਖਾ ਰਿਆ ਤੁਸੀਂ ਖਾ ਰਹੇ ਹੋ ਕਿਉਂਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਭਾਈ ਮਰਦਾਨੇ ਨੇ ਇੱਕ ਵਾਰ ਪੁੱਛਿਆ ਸੀ ਨਾ ਬਾਬਾ ਇੱਕ ਗੱਲ ਦੱਸ ਮੈਨੂੰ ਬੜੀ ਭੁੱਖ ਲੱਗਦੀ ਆ ਪਰ ਤੈਨੂੰ ਭੁੱਖ ਨਹੀਂ ਲੱਗਦੀ ਮੈਨੂੰ ਤਾਂ ਸਮੇਂ-ਸਮੇਂ ਤੇ ਕੁਝ ਖਾਣ ਦੀ ਲੋੜ ਵੀ ਪੈਂਦੀ ਆ ਪਰ ਬਾਬਾ ਤੂੰ ਕੁਝ ਖਾਂਦਾ ਹੀ ਨਹੀਂ ਆ ਮੈਨੂੰ ਵੀ ਉਹ ਦਵਾ ਦੇ ਦੇ ਮੈਨੂੰ ਵੀ ਉਹ ਚੀਜ਼ ਦੇ ਦੇ ਜਿਹੜੀ ਖਾ ਕੇ ਤੇਰੀ ਭੁੱਖ ਮਿਟ ਗਈ ਆ ਤੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਜਵਾਬ ਦਿੱਤਾ ਸੀ ਮਹਾਰਾਜ ਕਹਿੰਦੇ ਮਰਦਾਨਿਆਂ ਜਦੋਂ ਮੇਰਾ ਸਿੱਖ ਨਾ ਕਿਤੇ ਵੀ ਦੁਨੀਆ 'ਚ ਭਾਵੇਂ ਉਹ ਘਰੇ ਬੈਠਾ ਦੁਕਾਨ ਤੇ ਬੈਠਾ ਕਿਤੇ ਵੀ ਜਦੋਂ ਦਸਾਂ ਨੋਹਾਂ ਦੀ ਕੀਰਤ ਕਰਕੇ ਪ੍ਰਸ਼ਾਦਾ ਤਿਆਰ ਕਰਕੇ ਜਦੋਂ ਸਾਹਮਣੇ ਰੱਖ ਕੇ ਅਰਦਾਸ ਕਰਕੇ ਛਕਦਾ ਹੈ ਨਾ ਤੇ ਜਦੋਂ ਮੇਰਾ ਸਿੱਖ ਆਪਣੇ ਮੂੰਹ ਵਿੱਚ ਬੁਰਕੀ ਪਾਉਂਦਾ ਮੇਰੇ ਤੱਕ ਹੀ ਤਾਂ ਪਹੁੰਚਦੀ ਆ ਜਿਵੇਂ ਪੁੱਤ ਨੂੰ ਵੇਖ-ਵੇਖ ਕੇ ਮਾ ਰੱਜ ਜਾਂਦੀ ਆ ਨਾ ਮਰਦਾਨਿਆਂ ਇਸ ਤਰ੍ਹਾਂ ਜਦੋਂ ਮੇਰਾ ਸਿੱਖ ਭੋਜਨ ਗ੍ਰਹਿਣ ਕਰਦਾ ਮੈਂ ਰੱਜ ਜਾਂਦਾ ਮੈਨੂੰ ਬਾਹਰੋਂ ਲੋੜ ਹੀ ਨਹੀਂ ਪੈਂਦੀ ਕਿ ਸੋ ਗੁਰੂ ਅਮਰਦਾਸ ਮਹਾਰਾਜ ਦੇ ਪਰਥਾਈ ਭਾਈ ਜੇਠਾ ਸੋਚਦਾ ਸਤਿਗੁਰੂ ਪਹਿਲੇ ਜਾਮੇ 'ਚ ਵੀ ਤਾਂ ਤੁਹਾਡੀ ਇਹੀ ਖੇਡ ਸੀ ਮੈਂ ਹੀ ਛਕ ਲੈਣਾ ਤੁਹਾਡੇ ਤੱਕ ਪਹੁੰਚ ਹੀ ਜਾਣਾ ਜਦੋਂ ਚੱਲੇ ਨਾ ਪਹੁੰਚੇ ਤੇ ਬੜੀ ਲੰਮੀ ਘਟਨਾ ਹੈ ਮੈਂ ਕੇਵਲ ਜ਼ਿਕਰ ਕਰਾਂ ਗੁਰੂ ਰਾਮਦਾਸ ਮਹਾਰਾਜ ਤੋਂ ਪਹੁੰਚੇ ਨਾ ਭਾਈ ਜੇਠਾ ਜੀ ਤੇ ਗੁਰੂ ਅਮਰਦਾਸ ਮਹਾਰਾਜ ਪੁੱਛਦੇ ਨੇ ਜੇਠਿਆ ਆ ਗਿਆਂ ਲਾਹੌਰ ਤੋਂ ਹਾਂਜੀ ਮਹਾਰਾਜ ਆ ਗਿਆਂ ਵਾ ਅੱਛਾ ਉੱਥੇ ਫਿਰ ਸਾਰੀ ਗੱਲਬਾਤ ਜਿਹੜੀ ਸੀ ਕਿਵੇਂ ਠੀਕ ਠਾਕ ਹੋ ਗਈ ਆ ਹਾਂਜੀ ਮਹਾਰਾਜ ਤੁਹਾਡੀ ਕਿਰਪਾ ਨਾਲ ਸਾਰੀ ਗੱਲਬਾਤ ਜਿਹੜੀ ਸਭ ਵਧੀਆ ਠੀਕ ਹੋ ਗਈ ਵਧੀਆ ਠੀਕ ਠਾਕ ਹੋਈ ਅੱਛਾ ਫਿਰ ਘਰੇ ਚੱਕਰ ਮਾਰ ਆਉਣਾ ਸੀ ਰਿਸ਼ਤੇਦਾਰ ਠੀਕ ਠਾਕ ਨੇ ਹਾਂ ਮਹਾਰਾਜ ਸਭ ਕੁਝ ਠੀਕ ਹੈ अच्छा फिर ਘਰ ਠੀਕ ਸੀਗਾ ਜਿਹੜਾ ਕਦੀ ਛੱਡ ਕੇ ਤਾਲਾ ਲਾ ਕੇ ਆ ਗਏ ਸੀ ਹਾਂ ਮਹਾਰਾਜ ਤੁਹਾਡੀ ਕਿਰਪਾ ਨਾਲ ਉਹ ਵੀ ਸਭ ਠੀਕ ਹੈ ਕਾਫੀ ਸਵਾਲ ਗੁਰੂ ਅਮਰਦਾਸ ਮਹਾਰਾਜ ਨੇ ਕੀਤੇ ਹਾਂ ਮਹਾਰਾਜ ਆ ਵੀ ਠੀਕ ਸਫਰ ਠੀਕ ਰਿਹਾ ਹਾਂ ਮਹਾਰਾਜ ਸਭ ਕੁਝ ਠੀਕ ਰਿਹਾ ਤੇ ਗੁਰੂ ਅਮਰਦਾਸ ਮਹਾਰਾਜ ਪੜੇ ਪਿਆਰ ਵਿੱਚ ਆ ਕੇ ਕਹਿੰਦੇ ਜੇਠਿਆ ਜੇ ਸਭ ਕੁਝ ਠੀਕ ਸੀ ਨਾ ਤੇ ਫਿਰ ਮਨ ਦੇ ਵਿੱਚ ਕੋਈ ਸ਼ੰਕਾ ਨਾ ਕਰੀ ਤੇਰਾ ਅੰਬ ਵੀ ਬਿਲਕੁਲ ਠੀਕ ਸੀਗਾ ਅਸੀਂ ਤੇਰਾ ਅੰਬ ਸ਼ੱਕ ਲਿਆ ਹੈ ਸੋ ਇਸ ਤਰ੍ਹਾਂ ਦੀ ਭਾਵਨਾ ਸੀ ਗੁਰੂ ਅਮਰਦਾਸ ਮਹਾਰਾਜ ਦੇ ਪ੍ਰਤੀ ਐਵੇਂ ਨਹੀਂ ਗੁਰੂ ਅਮਰਦਾਸ ਮਹਾਰਾਜ ਨੇ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਐਵੇਂ ਨਹੀਂ ਐਡਾ ਵੱਡਾ ਤਖਤ ਜਿਹੜਾ ਅਸੀਂ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣਾਇਆ ਐਵੇਂ ਨਹੀਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਗੱਲ ਵਕੜੀ ਲੈ ਲਿਆ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਧੀ ਦਾ ਰਿਸ਼ਤਾ ਜਿਹੜਾ ਸੀ ਉਹ ਕਰ ਦਿੱਤਾ ਗੁਰੂ ਅਮਰਦਾਸ ਮਹਾਰਾਜ ਨੇ ਇਹ ਨਹੀਂ ਵੇਖਿਆ ਕਿ ਇਹਦੇ ਕੋਲ ਕੀ ਆ ਕਿਉਂਕਿ ਅੱਜ ਜਦੋਂ ਦੁਨੀਆ ਰਿਸ਼ਤੇ ਕਰਦੀ ਦੁਨੀਆ ਇਹ ਵੇਂਦੀ ਇਹਦੇ ਕੋਲ ਪੈਸਾ ਕਿੰਨਾ ਇਹਦੇ ਕੋਲ ਬੈਲੈਂਸ ਕਿੰਨਾ ਇਹਦੇ ਕੋਲ ਗੱਡੀਆਂ ਕਿੰਨੀਆਂ ਪਰ ਗੁਰੂ ਨੇ ਸਾਨੂੰ ਕੀ ਸਿਖਾਇਆ ਕਿ ਤੂੰ ਅਗਲੇ ਦਾ ਗੁਣ ਵੇਖਿਆ ਕਰ ਉਹਦਾ ਜੀਵਨ ਦੇਖਿਆ ਕਰ ਉਹਦਾ ਕੈਰੇਕਟਰ ਦੇਖਿਆ ਕਰ ਤੇ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਜੀਵਨ ਹੈ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਗੁਣ ਹੈ ਅੰਦਰ ਭਗਤੀ ਹੈ ਅੰਦਰ ਨਿਮਰਤਾ ਹੈ ਅੰਦਰ ਜੋ ਅਕਾਲ ਪੁਰਖ ਮਹਾਰਾਜ ਪਰਮੇਸ਼ਰ ਦੇ ਘਰਦਰ ਦੀਆਂ ਬਖਸ਼ਿਸ਼ਾਂ ਉਹ ਸਾਰੀਆਂ ਵਰਤਦੀਆਂ ਨੇ ਜਦੋਂ ਹੁਣ ਅਸੀਂ ਦੇਖਦੇ ਹਾਂ ਕਿ ਅਮਰਤ ਸਰ ਸਾਹਿਬ ਦੀ ਸਾਰੀ ਸੇਵਾ ਦਰਬਾਰ ਸਾਹਿਬ ਦੀ ਸਾਰੀ ਸੇਵਾ ਉਹ ਵਸ ਦੀ ਸਗਨ ਅਪਾਰ ਅਨੂਪ RAM ਦਾਸਪੁਰ ਉਹ ਅਮਰਤ ਸਰ ਸਾਹਿਬ ਜਿਹਨੂੰ ਅਸੀਂ ਰੋਜ਼ ਭਾਵਨਾ ਨਾਲ ਵੇਖ ਕੇ ਕਹਿੰਦੇ ਕਿ ਅਮਰਤ ਸਰ ਸਿਫਤੀ ਦਾ ਘਰ ਜਿਹਨੂੰ ਸਿੱਖ ਭਾਵਨਾ ਨਾਲ ਕਹਿੰਦਾ ਡਿਠੇ ਸਬੇ ਥਾਵ ਨਹੀਂ ਤੁਦ ਜੇਹਿਆ ਬਦੋਹ ਪੁਰਖ ਬਿਦਾਤਾ ਤਾ ਤੂੰ ਸੋਹਿਆ ਅੱਜ ਜਦੋਂ ਉਸ ਅਮਰਦਾਸ ਸਤਗੁਰੂ ਗੁਰੂ RAM ਦਾਸ ਮਹਾਰਾਜ ਨੇ ਉਹ ਪਾਵਨ ਨਗਰ ਵਸਾਇਆ ਬڑے ਲੋਕ ਜਿਹੜੇ ਸੀ ਉੱਥੇ ਆ ਕੇ ਆਪਣਾ ਬਿਜ਼ਨਸ ਆਪਣਾ ਕੰਮ ਜਿਹੜਾ ਸੀ ਉਹਨਾਂ ਨੇ ਸ਼ੁਰੂ ਕੀਤਾ ਮੈਂ ਕੇਵਲ ਆਪ ਨਾਲ ਇਹ ਜ਼ਿਕਰ ਕਰਾਂ ਦੇਖੋ ਜਿਸ ਨੂੰ ਕਦੀ ਲੋਕ ਕਹਿ ਦਿੰਦੇ ਸੀ ਇਹਦਾ ਤੇ ਘਰ ਕੋਈ ਨਹੀਂ ਅੱਜ ਉਹਦੇ ਸੋਨੇ ਦੇ ਮਹਿਲ ਨੇ ਜਿਹਨੂੰ ਲੋਕ ਕਹਿੰਦੇ ਸੀ ਇਹ ਪ੍ਰਸ਼ਾਦਾ ਕਿੱਥੋਂ ਛੱਕੇ ਗੱਲ ਲੱਖਾਂ ਲੋਕ ਅੱਜ ਉਹਦੇ ਦਰ ਤੋਂ ਪ੍ਰਸ਼ਾਦਾ ਛੱਕ ਜਾਂਦੇ ਨੇ ਸੁਭਾਵ ਕੇਵਲ ਮੈਂ ਕਹਾਂ ਕਿ ਗੁਰੂ ਰਾਮਦਾਸ ਮਹਾਰਾਜ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਤੂੰ ਜੀਵਨ ਚ ਡਾਵਾ ਡੋਲੋ ਜਾ ਤੂੰ ਆਤਮ ਹੱਤਿਆ ਕਰ ਲਾ ਤੂੰ ਸੁਸਾਈਡ ਕਰ ਲਾ ਤੂੰ ਜੀਵਨ ਵਿੱਚ ਨਰਾਸ਼ ਹੋ ਜਾ ਤੂੰ ਲੋਕਾਂ ਦੇ ਦਰਵਾਜ਼ੇ ਖੜਕਾਉਣੇ ਸ਼ੁਰੂ ਕਰ ਦੇ ਜੋ ਭਾਈ ਸਾਹਿਬ ਨੇ ਸ਼ਬਦ ਪੜਿਆ ਜਿਨ ਸਿਰਿਆ ਤਿਨ ਸਵਾਰਿਆ ਕਿ ਨਾ ਤੇ ਕਿਸੇ ਬਾਹਰੋਂ ਬੰਦੇ ਨੇ ਆ ਕੇ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਨੂੰ ਉੱਚਾ ਚੁੱਕਿਆ ਨਾ ਕਿਸੇ ਨੇ ਬਾਹਰੋਂ ਸਵਾਰਿਆ ਗੁਰੂ ਅਮਰਦਾਸ ਮਹਾਰਾਜ ਜੋ ਆਪ ਅਕਾਲ ਪੁਰਖ ਪਰਮੇਸ਼ਰ ਹੈ ਉਸ ਪਰਮੇਸ਼ਰ ਨੇ ਗੁਰੂ ਅਮਰਦਾਸ ਮਹਾਰਾਜ ਦੇ ਰੂਪ ਵਿੱਚ ਆ ਕੇ ਭਾਈ ਜੇਠੇ ਦੇ ਜੀਵਨ ਨੂੰ ਆਪ ਘੜਿਆ ਆਪ ਸਵਾਰਿਆ ਤੇ ਐਨਾ ਕੋਈ ਸਵਾਰ ਦਿੱਤਾ ਗੁਰਮੁਖੋ ਦੇਖੋ ਦੁਨੀਆ ਦੇ ਵਿੱਚ ਜਿਹਨੂੰ ਲੋਕ ਕਹਿੰਦੇ ਸੀ ਇਹ ਤੇ ਅਨਪੜ ਹੈ ਤੇ ਸੋਚਣ ਦੀ ਗੱਲ ਆ ਅੱਜ ਵੀ ਕਈ ਲੋਕ ਕਹਿੰਦੇ ਵੀ ਮਹਾਰਾਜ ਦੇ ਕੋਲ ਆ ਕੇ ਕੀ ਹੋ ਜਾਂਦਾ ਹੈ ਇਕੱਲੇ ਦਰਸ਼ਨ ਕਰਨ ਨਾਲ ਕੀ ਹੋ ਜਾਂਦਾ ਹੈ ਇਤਿਹਾਸ 'ਚ ਅੱਜ ਤੱਕ ਨਹੀਂ ਕਿਤੇ ਪੜਨ 'ਚ ਆਇਆ ਕਿ ਭਾਈ ਜੇਠੇ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਬਿਠਾ ਕੇ ਇਕ ਦੀ ਪੜਾਇਆ ਹੋਵੇ ਕਿ ਬਹਿ ਮੈਂ ਤੈਨੂੰ ਵਿਦਿਆ ਪੜਾਵਾਂ ਜਾਂ ਕਿਸੇ ਦੀ ਡਿਊਟੀ ਲਈ ਹੋਵੇ ਕਿ ਬਹਿ ਤੈਨੂੰ ਫਲਾਣਾ ਟੀਚਰ ਤੇਰਾ ਪੜਾਇਆ ਕਰੇਗਾ ਕਿਤੇ ਨਹੀਂ ਇਤਿਹਾਸ 'ਚ ਆਉਂਦਾ ਕੇਵਲ ਸੇਵਾ ਦਿਨ ਰਾਤ ਸੇਵਾ ਹੈ ਕਦੀ ਲੰਗਰ ਚ ਖੜੇ ਹੋਏ ਨੇ ਕਦੀ ਬੌਲੀ ਦੀ ਸੇਵਾ ਕਰੀ ਜਾਂਦੇ ਕਦੀ ਜੋੜਿਆਂ ਚ ਖੜੇ ਹੋਏ ਨੇ ਪਰ 30 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਆ ਕਿੰਦੀ ਵੱਡੀ ਗੱਲ ਹੈ ਜਿੰਨੂੰ ਦੁਨੀਆਂ ਦੇ ਉੱਤੇ ਕਿਸੇ ਸਕੂਲ ਚ ਅੱਖਰ ਪੜਨ ਦਾ ਮੌਕਾ ਨਹੀਂ ਮਿਲਿਆ ਉਹਨੇ ਗੁਰੂ ਬਖਸ਼ਿਸ਼ ਨਾਲ ਉਹਨੇ ਪਰਮੇਸ਼ਰ ਦੀ ਕਰਾਮਾਤ ਨਾਲ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਕੋਈ ਛੋਟੀ ਜੀ ਗੱਲ ਨਹੀਂ ਆ ਇੱਕ ਇੱਕ ਕਿਤਾਬ ਦੇ ਵਿੱਚ ਜਾਂ ਇੰਜ ਕਹਿ ਲਓ ਵੀ ਇੱਕ ਲਾਈਨ ਲਿਖਣੀ ਬੜੀ ਔਖੀ ਹੋ ਜਾਂਦੀ ਤੇ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਮੈਂ ਆਪਣਾ ਪਿਆਰੀ ਘਟਨਾ ਜ਼ਿਕਰ ਕਰਾਂ ਇੱਕ ਦਿਨ ਪੜ ਰਿਹਾ ਸੀ ਕਿ ਜਦੋਂ ਨਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗਦੀ ਬਖਸ਼ਣੀ ਸੀ ਨਾ ਤੇ ਗੋਇੰਦਵਾਲ ਸਾਹਿਬ ਆਏ ਹੁਣ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜਾਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੋਇੰਦਵਾਲ ਸਾਹਿਬ ਆਏ ਤੇ ਉਥੇ ਨਾ ਜਿਵੇਂ ਆਪਾਂ ਕਿਸੇ ਪੁਰਾਣੇ ਥਾਂ ਤੇ ਜਾਈਏ ਜਿੱਥੇ ਆਪਾਂ ਲੰਮਾ ਸਮਾਂ ਰਹੇ ਹੋਈਏ ਜਾਂ ਉਥੇ ਆਪਾਂ ਵਿਚਰੇ ਹੋਈਏ ਬਹੁਤ ਕੁਝ ਆਪਣੀ ਅੱਖਾਂ ਸਾਹਵੇਂ ਆਉਂਦਾ ਹੈ ਤੇ ਉਹਨੇ ਬੜੇ ਪਿਆਰੀ ਘਟਨਾ ਲਿਖੀ ਉਸ ਵਿਦਵਾਨ ਨੇ ਕਹਿੰਦਾ ਵੀ ਗੁਰੂ ਰਾਮਦਾਸ ਮਹਾਰਾਜ ਸਰੀਰ ਕਰਕੇ ਅਖੀਰਲਾ ਸਮਾਂ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੈ ਕੇ ਗੋਇੰਦਵਾਲ ਸਭ ਆਏ ਤੇ ਖੜੇ ਹੋਏ ਨੇ ਇੱਕ ਥਾਂ ਤੇ ਬਿਲਕੁਲ ਸ਼ਾਂਤੀ ਸਾਰੀ ਸੰਗਤ ਚਲੇਗੀ ਸ਼ਾਮ ਤੋਂ ਬਾਅਦ ਦਾ ਸਮਾਂ ਖਾਲੀ ਸਾਰੀ ਜਗ੍ਹਾ ਤੇ ਉਥੇ ਖੜਿਆ ਖੜਿਆ ਨਾ ਨੈਤਰ ਸੇ ਜਲੋਗੇ ਤੇ ਜਦੋਂ ਨੇਤਰ ਸੇਜਲ ਹੋਏ ਤੇ ਗੁਰੂ ਅਰਜਨ ਦੇਵ ਮਹਾਰਾਜ ਪੁੱਛਦੇ ਨੇ ਕਿ ਪਿਤਾ ਜੀ ਕੀ ਗੱਲ ਹੈ ਕੀ ਖੇੜ ਹੈ ਤਾਂ ਦੱਸਦੇ ਨੇ ਕਹਿੰਦੇ ਇਸ ਥਾਂ ਤੇ ਮੈਂ ਖੜਾ ਸੀ ਜਦੋਂ ਮੈਂ ਛੋਟਾ ਆਜਿਆ ਸੀਗਾ ਤੇ ਮੇਰੀ ਨਾਨੀ ਮੈਨੂੰ ਲੈ ਕੇ ਆਈ ਇਸ ਥਾਂ ਤੇ ਖੜਾ ਸੀ ਤੇ ਫਿਰ ਸਾਹਮਣੇ ਗੁਰੂ ਅਮਰਦਾਸ ਮਹਾਰਾਜ ਦੇ دیدار ਹੋਏ ਤੇ ਫਿਰ ਇਹੀ ਉਹ ਥਾਂ ਇਹੀ ਉਹ ਧਰਤੀ ਹੈ ਜਿੱਥੇ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਮੈਨੂੰ ਗਲ ਵਕੜੀ ਵਿੱਚ ਲਿਆ ਇਹੀ ਉਹ ਥਾਂ ਹੈ ਜਿੱਥੇ ਆ ਕੇ ਫਿਰ ਮੈਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਜਿਹੜੀਆਂ ਅਸੀਂ ਇਸ ਗੁਰੂਦਾਰ ਤੋਂ ਪ੍ਰਾਪਤ ਕੀਤੀਆਂ ਤੇ ਭਰਦੇ ਭਰਦੇ ਨੇਤਰ ਆਖਿਰ ਸ਼ਬਦ ਕਿਹਾ ਕਿ ਪੁੱਤ ਤੂੰ ਤੇ ਵੇਖਿਆ ਨਹੀਂ ਹੋਵੇਗਾ ਪਰ ਮੇਰੀ ਹਾਲਤ ਇਹ ਸੀ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਮੈਂ ਸਿਰਫ ਇਨਾ ਅਪਜੀ ਨੂੰ ਕਹਾਂ ਕਿ ਦੇਖੋ ਮਹਾਰਾਜ ਦਾ ਪ੍ਰਕਾਸ਼ ਪ੍ਰੂਪ ਤੇ ਅਸੀਂ ਹਰ ਵਾਰੀ ਮਨਾਉਂਦੇ ਆਂ ਪਰ ਜੀਵਨ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਗੁਰੂ ਅਮਰਦਾਸ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਸਿਖਾਈ ਵੀ ਜਿੱਥੇ ਮਰਜੀ ਪਹੁੰਚ ਜੀ ਤੇਰੇ ਅੰਦਰ ਤੇਰੀ ਨਿਮਰਤਾ ਨਹੀਂ ਜਾਣੀ ਚਾਹੀਦੀ ਦੇਖੋ ਇੰਨੇ ਵੱਡੇ ਮੁਕਾਮ ਤੇ ਜਿੱਥੇ ਪਹੁੰਚ ਕੇ ਸਾਖਸ਼ਾਤ ਗੁਰੂ ਨਾਨਕ ਦਾ ਰੂਪ ਹੋ ਜਾਣਾ ਤੇ ਫਿਰ ਕਹਿਣਾ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਮਾਫੀ ਮੰਗ ਕੇ ਕਹਿਣਾ ਸਾਡੀ ਹਸਤੀ ਪਾਇਆ ਪਤਾ ਕੀ ਆ ਸਾਨੂੰ ਥੋੜਾ ਜਿਹਾ ਕੁਝ ਪ੍ਰਾਪਤ ਹੋ ਜੇ ਤੇ ਅਸੀਂ ਕਹਿੰਨੇ ਵੀ ਫਲਾਣਾ ਸਿਓ ਕੌਂਡ ਜਿਨਨੇ ਜ਼ਿੰਦਗੀ ਚ ਸਾਨੂੰ ਉਤਾਹ ਚੁੱਕਿਆ ਵੀ ਅਸੀਂ ਉਹਨੂੰ ਵੀ ਨਹੀਂ ਪੁੱਛਦੇ ਹੁੰਦੇ ਵੀ ਤੂੰ ਕੌਣ ਹੈ ਤੈਨੂੰ ਤੇ ਮੈਂ ਜਾਣਦਾ ਹੀ ਨਹੀਂ ਗੁਰੂ ਰਾਮਦਾਸ ਮਹਾਰਾਜ ਨੇ ਇਹ ਸਿਖਾਇਆ ਮੁੱਕ ਦੇ ਸ਼ਬਦਾਂ ਚ ਕਮਾ ਵੀ ਕਦੀ ਵੀ ਆਪਣਾ ਪਛੋਕੜ ਨਾ ਭੁੱਲੀ ਬਸ ਆਪਣੇ ਮੂਲ ਨਾਲ ਉਹਨਾ ਟੁੱਟੇ ਆਪਣੀ ਜੜ ਨਾਲ ਉਹਨਾ ਟੁੱਟੇ ਜਿਸ ਦਿਨ ਤੂੰ ਆਪਣੇ ਮੂਲ ਨਾਲੋਂ ਟੁੱਟਿਆ ਆਪਣੀ ਜੜ ਨਾਲੋਂ ਟੁੱਟਿਆ ਆਪਣੀ ਧਰਤੀ ਨਾਲੋਂ ਟੁੱਟਿਆ ਆਪਣਿਆਂ ਨਾਲੋਂ ਟੁੱਟ ਗਿਆ ਗੁਰੂ ਬਾਣੀ ਨਾਲੋਂ ਟੁੱਟ ਗਿਆ ਗੁਰੂ ਸ਼ਬਦ ਨਾਲੋਂ ਟੁੱਟ ਗਿਆ ਯਾਦ ਰੱਖੀ ਉਸ ਦਿਨ ਤੇਰੀ ਹੋਂਦ ਤੇ ਤੇਰੀ ਹਸਤੀ ਜਿਵੇਂ ਰੁੱਖ ਨਾਲੋਂ ਟਾਣੀ ਟੁੱਟ ਜਾਵੇ ਤੂੰ ਦਾ ਸੁੱਕਣਾ ਅਤ ਲਾਜ਼ਮੀ ਆ ਬਸ ਤੇਰੀ ਜ਼ਿੰਦਗੀ ਦੇ ਅੰਦਰ ਦੁੱਖ ਹਰ ਬਿਸਰਤ ਸਦਾ ਖੁਆਰੀ ਜਦੋਂ ਹਰੀ ਵਿਸਰ ਗਿਆ ਉਸ ਦਿਨ ਤੇਰੇ ਜੀਵਨ ਦੇ ਅੰਦਰ ਖੁਵਾਰੀਆਂ ਤੇਰੇ ਜੀਵਨ ਅੰਦਰ ਝੋਰੇ ਤੇਰੇ ਜੀਵਨ ਅੰਦਰ ਧੋਖੇ ਤੇਰੇ ਜੀਵਨ ਅੰਦਰ ਦੁੱਖ ਜਿਹੜੇ ਨੇ ਉਹ ਆਪ ਹੀ ਆ ਜਾਣਗੇ ਸੋ ਮੈਂ ਇਹ ਆਪ ਜੀ ਨੂੰ ਕਹਾਂ ਕਿ ਗੁਰੂ ਰਾਮਦਾਸ ਮਹਾਰਾਜ ਦਾ ਜੀਵਨ ਜੇ ਸਮੁੱਚੇ ਰੂਪ ਦੇ ਵਿੱਚ ਦੇਖਣਾ ਹੋਵੇ ਤਾਂ ਇੱਕ ਸ਼ਬਦ ਦੇ ਤਹਿਤ ਅਸੀਂ ਜਾ ਕੇ ਕਹਿ ਸਕਦੇ ਜਦੋਂ ਪਾਠ ਸਾਹਿਬ ਜੀ ਕਹਿੰਦੇ ਨੇ ਕਿ ਹੇ ਗੁਰੂ ਰਾਮਦਾਸ ਮਹਾਰਾਜ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮtras ਮਿਟਾਈ ਇੱਕ ਅਰਦਾਸ ਬਾਟ ਕੀ ਰਤ ਕੀ ਗੁਰੂ ਰਾਮਦਾਸ ਰਖੁ ਸਰਨਾਈ ਇਸ ਕਰਕੇ ਮਿਲ ਸੰਗਤ ਧਨ ਧਨ ਕਰਹੁ ਬਸ ਅਸੀਂ ਜੀਵਨ ਵਿੱਚ ਜੇ ਹੋਰ ਕੁਛ ਵੀ ਨਹੀਂ ਕਰ ਸਕਦੇ ਤੇ ਕੇਵਲ ਧਨ ਗੁਰੂ ਰਾਮਦਾਸ ਮਹਾਰਾਜ ਧਨ ਗੁਰੂ ਰਾਮਦਾਸ ਮਹਾਰਾਜ ਜ਼ਰੂਰ ਕਹੀਏ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਸਿਖਾਇਆ ਹੈ ਛੜਤੀ ਕਲਾ ਵਿੱਚ ਰਹਿਣਾ ਤੇ ਗੁਰੂ ਰਾਮਦਾਸ ਮਹਾਰਾਜ ਨੇ ਸਿਖਾਇਆ ਟੇਕ ਕੇਵਲ ਇੱਕ ਦੀ ਰੱਖੀ ਕਿਤੇ ਨਹੀਂ ਇਤਿਹਾਸ ਚ ਮੈਂ ਅੱਜ ਤੱਕ ਪੜਿਆ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਰਿਸ਼ਤੇਦਾਰਾਂ ਕੋਲ ਗਿਆ ਹੋਵੇ ਕਿਸੇ ਤੋਂ ਮੰਗਣ ਵਾਸਤੇ ਗਿਆ ਹੋਵੇ ਜਾਂ ਦੁਨਿਆਵੀ ਤੌਰ ਤੇ ਕਿਸੇ ਤੋਂ ਮੰਗਿਆ ਹੋਵੇ ਨਹੀਂ ਕੇਵਲ ਇੱਕ ਦੀ ਟੇਕ ਰੱਖੀ ਇੱਕ ਦਾ ਭਰੋਸਾ ਰੱਖਿਆ ਤੇ ਯਾਦ ਰੱਖੀ ਸਿੱਖਾ ਜਿਸ ਦਿਨ ਤੂੰ ਇੱਕ ਦੀ ਟੇਕ ਇੱਕ ਦਾ ਭਰੋਸਾ ਰੱਖ ਲਵੇਂਗਾ ਉਸ ਦਿਨ ਉਹ ਤੈਨੂੰ ਕੰਗਾਲਾਂ ਤੋਂ ਰਾਜਾ ਵੀ ਬਣਾ ਦੇਵੇਗਾ ਤੈਨੂੰ ਰੁਲਦੇ ਫਿਰਦੇ ਨੂੰ ਪਾਤਸ਼ਾਹियां ਵੀ ਦੇ ਦੇਵੇਗਾ ਤੈਨੂੰ ਸੰਸਾਰ ਤੇ ਠੋਕਰਾਂ ਖਾਂਦੇ ਨੂੰ ਆਪਣੇ ਅੰਦਰ ਅਪੇਦ ਵੀ ਕਰ ਲਵੇਗਾ ਬਸ ਇਹੀ ਹੈ ਸਾਡਾ ਜੀਵਨ ਹੁਣ ਕਿੱਥੇ ਖੜਾ ਥੋੜਾ ਜਿਹਾ ਇਹ ਦੇਖ ਲਈਏ ਸੀ ਨਿੱਕੀ ਜੀ ਜੀਵਨ ਦੇ ਵਿੱਚ ਦੁੱਖ ਤਕਲੀਫ ਆਉਂਦੀ ਆ ਮੈਨੂੰ ਨਹੀਂ ਲੱਗਦਾ ਸੀ ਆਪਣੇ ਪਿੰਡ ਤੇ ਆਪਣੇ ਸ਼ਹਿਰ ਦੇ ਲਾਗੇ ਲਾਗੇ ਦੀ ਕੋਈ ਜਗ੍ਹਾ ਛੱਡੀਏ ਜਿੱਥੇ ਅਸੀਂ ਦੀਵਾਨਾ ਜਗਾਉਂਦੇ ਹੋਈਏ ਜਿੱਥੇ ਅਸੀਂ ਦਾਲਾ ਨਾ ਚੜਾਉਂਦੇ ਹੋਈਏ ਪਰ ਨਹੀਂ ਗੁਰਮੁਖੋ ਮੈਂ ਸਿਰਫ ਆਪ ਜੀ ਨੂੰ ਇਹ ਕਹਾ ਕਿਉ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਸਾਨੂੰ ਸਾਰੀ ਬਾਣੀ ਦੇ ਅੰਦਰ ਵਾਰ-ਵਾਰ ਇੱਕ ਗੱਲ ਸਿਖਾਈ ਕਿ ਬਸ ਤੂੰ ਕੇਵਲ ਇੱਕ ਦਾ ਆਸਰਾ ਲਈ ਬਾਣੀ ਦਾ ਆਸਰਾ ਲਈ ਤੇ ਪਰਮੇਸ਼ਰ ਦੇ ਅੰਦਰ ਇੰਨੀ ਵੱਡੀ ਸ਼ਕਤੀ ਹੈ ਕਿਉਂਕਿ ਪੂਰੀ ਹੋਈ ਕਰਾਮਾਤ ਇਸ ਤੋਂ ਵੱਡੀ ਕਰਾਮਾਤ ਕੀ ਚਾਹੀਦੀ ਕਿ ਜਿਹਨੂੰ ਲੋਕ ਕਹਿੰਦੇ ਸੀ ਇਹ ਰਹੇਗਾ ਕਿੱਥੇ ਅੱਜ ਅੱਧੀ ਦੁਨੀਆ ਉਹਦੇ ਘਰ ਚ ਜਾ ਕੇ ਰਹਿੰਦੀ ਹੈ ਜਿਹਨੂੰ ਲੋਕ ਪੁੱਛਦੇ ਸੀ ਇਹ ਖਾਵੇਗਾ ਕਿੱਥੇ ਅੱਧਾ ਸੰਸਾਰ ਉਹਦੇ ਘਰੋਂ ਪਲਦਾ ਜਿਹਨੂੰ ਲੋਕ ਕਹਿੰਦੇ ਸੀ ਇਹਨੂੰ ਪੁੱਛਣਾ ਕਿਸੇ ਨਹੀਂ ਲੋਕ ਕਹਿੰਦੇ ਸੀ ਇਹਨੂੰ ਧੀ ਕੌਣ ਦਵੇਗਾ ਇਦਾ ਵਿਆਹ ਕਿੱਥੋਂ ਹੋਏਗਾ ਅੱਜ ਦੁਨੀਆ ਤੇ ਜਿੰਨੇ ਮਰਜੀ ਸ਼ਬਦ ਵਿਆਹ ਵਾਲੇ ਦਿਨ ਪੜ ਲਓ ਪਰ ਜਿੰਨਾ ਚਿਰ ਗੁਰੂ ਰਾਮਦਾਸ ਮਹਾਰਾਜ ਦੀਆਂ ਉਚਾਰਨ ਕੀਤੀਆਂ ਚਾਰ ਲਾਵਾਂ ਨਾ ਪੜੀਆਂ ਜਾਣ ਅੱਜ ਦੁਨੀਆ ਤੇ ਉਹਨਾਂ ਚਿਰ ਕਿਸੇ ਦਾ ਅਦੰਦ ਕਾਰਜ ਹੀ ਮੁਕੰਮਲ ਨਹੀਂ ਹੁੰਦਾ ਕਾ ਸੋ ਭਾਵ ਇਹ ਹੈ ਕਿ ਗੁਰੂ ਰਾਮਦਾਸ ਮਹਾਰਾਜ ਨੂੰ ਪਿਆਰ ਤੇ ਅਤ ਦਾ ਹੀ ਕਰਦੇ ਆ ਪਰ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਦੇ ਸਿਧਾਂਤ ਉਚੜ ਦੀ ਕਲਾ ਵਾਲਾ ਜੀਵਨ ਜਿਹੜਾ ਸੀ ਅਰਦਾਸ ਚ ਇੱਕ ਸ਼ਬਦ ਕਿੰਨੇ ਨਾਨਕ ਨਾਮ ਚੜ੍ਹਦੀ ਕਲਾ ਚੜ੍ਹਦੀ ਕਲਾ ਸਾਰੇ ਕਹਿ ਦਿੰਨੇ ਕੀ ਹਾਲ ਆ ਜੀ ਬੜੀ ਚੜ੍ਹਦੀ ਕਲਾ ਪਰ ਸਾਬ ਕਹਿੰਦੇ ਨਾਮ ਜਿੰਨਾ ਚਿਰ ਨਾਮ ਨਹੀਂ ਉਹਨਾਂ ਚਿਰ ਚੜ੍ਹਦੀ ਕਲਾ ਨਹੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੇਰੇ ਬਾਣੇ ਵਿੱਚ ਜਦੋਂ ਅਸੀਂ ਆਵਾਂਗੇ ਚੜ੍ਹਦੀ ਕਲਾ ਉਸ ਦਿਨ ਹੋਏਗੀ ਤੇ ਜਿਸ ਦਿਨ ਅਸੀਂ ਤੇਰੇ ਬਾਣੇ ਵਿੱਚ ਰਹਿ ਕੇ ਸਰਬੱਤ ਦਾ ਭਲਾ ਮੰਗ ਲਵਾਂਗੇ ਚੜ੍ਹਦੀ ਕਲਾ ਜਿਹੜੀ ਉਸ ਦਿਨ ਹੋਏਗੀ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਇਹ ਸਾਨੂੰ ਸਿਖਾਇਆ ਬੜਾ ਸੰਖੇਪ ਜਿਹਾ ਮਹਾਰਾਜ ਦਾ ਜ਼ਿਕਰ ਕੀਤਾ ਕਿਉਂਕਿ ਜੇ ਆਪਨੇ ਸਾਰਾ ਜੀਵਨ ਪੜਨਾ ਹੋਵੇ ਭਾਈ ਸੰਤੋਖ ਸਿੰਘ ਯਾਨੀ ਗਿਆਨ ਸਿੰਘ ਜੀ ਪ੍ਰਿੰਸੀਪਲ ਤਬੀਰ ਸਿੰਘ ਜੀ ਇਹਨਾਂ ਨੂੰ ਪੜੋ ਤੇ ਤੁਹਾਡੇ ਨੇਤਰ ਜਿਹੜੇ ਨੇ ਆਪਣੇ ਆਪ ਛਲਕਾਉਂਦੇ ਨੇ ਕਿੰਨਾ ਵਿਰਾਗਮਈ ਜੀਵਨ ਗੁਰੂ ਰਾਮਦਾਸ ਮਹਾਰਾਜ ਦਾ ਸੋ خیر ਇਹਨੇ ਸ਼ਬਦ ਪ੍ਰਵਾਨ ਕਰਨੇ ਜੀ ਪੁਲਾ ਦੀ ਖਿਮਾ ਸਮਾ ਸੰਪੰਨ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਪ੍ਰਕਾਸ਼ ਦਿਹਾੜੇ ਜੋ ਕੱਲ ਨੂੰ ਹਨ ਆਪ ਸਾਰਿਆਂ ਨੂੰ ਬੇਅੰਤ ਬੇਅੰਤ ਵਧਾਈ ਹੋਵੇ ਜੀ ਦਾਤਾਰ ਪਾਤਸ਼ਾ ਸਮਤ ਦੀ ਦਾਤ ਬਖਸ਼ਣ ਸਭਨਾ ਦਾ ਧੰਨਵਾਦ ਫਤਿਹ ਦੀ ਸਾਂਝ ਕਰਵਾ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ